ਹਾਰੇ ਕੀ ਜਿੰਦਗੀ ਚ ਉਤਰਾ ਜੜਾ ਨੇਗੇ ਉੱਥੇ ਤੁਸੀਂ ਰੋਣਾ ਰੋਵੋਗੇ ਤੁਸੀਂ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੋ ਤੁਸੀਂ ਇਹ ਨਾ ਹੈਗਾ ਵੀ ਤੁਸੀਂ ਆਪਣੇ ਹਰ ਇੱਕ ਕੋਲ ਦਰਦ ਖੋਲੀ ਜਾਓ ਇਹ ਵੀ ਲੋਕ ਅੱਜ ਕੱਲ ਸੁਣਨਾ ਪਸੰਦ ਨਹੀਂ ਕਰਦੇ ਕਿਉਂਕਿ ਹਰ ਇੱਕ ਬੰਦੇ ਦੀ ਜੀ ਬੰਦਾ ਸਟਰਗਲ ਕਰਕੇ ਹਰ ਇੱਕ ਬੰਦੇ ਦੀ ਜੀ ਦੁੱਖ ਨੇਗੇ ਤੁਸੀਂ ਆਪਣਾ ਦੁੱਖ ਦੱਸੋਗੇ ਉਹਦਾ ਅਗਲਾ ਆਪ ਦੁੱਖ ਦੱਸਣ ਨੂੰ ਤਿਆਰ ਬੈਠਾ ਮੈਂ ਆਗੂ ਸਾਹਿਬਾਨ ਨੂੰ ਵੀ ਬੇਨਤੀ ਕਰਦਾ ਵੀ ਇਸ ਚਾਹੇ ਸਾਨੂੰ ਜੇਲਾਂ ਚ ਭੇਜੋ ਉਹਦੇ ਜਿੱਥੇ ਮਰਜੀ ਭੇਜ ਦਿਓ ਜੇ ਹੁਣ ਡਾਟ ਹੀ ਗਏ ਜੇ ਹੁਣ ਖੜ ਹੀ ਗਏ ਵੀ ਆਪਾਂ ਦਿੱਲੀ ਦੇ ਨਾਕੇ ਦੇ ਨਾਮ ਲਿਓ ਪਰ ਮੈਨੂੰ ਲੱਗਦਾ ਵੀ ਅਸੀਂ ਅੰਦੋਲਨ ਦਾ ਦੇਖ ਜਿੱਤਾਂਗੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਵੀ ਪਰ ਅਸੀਂ ਅੰਦੋਲਨ ਨੂੰ ਲੰਬਾ ਨਾ ਲੈ ਕੇ ਜਾਈਏ ਵੀ ਇਹਹ ਜੈਕਸ਼ਨ ਪਲਾਨ ਕਰੀਏ ਤੁਹਾਡੇ ਚੈਨਲ ਦੇ ਮਾਧਿਅਮ ਜਰੀਏ ਇਹ ਗੱਲ ਕਹਿ ਰਹੇ ਹਾਂ ਵੀ ਅਸੀਂ ਕੋਈ ਇਹਹ ਜੈਕਸ਼ਨ ਪਲਾਨ ਤਿਆਰ ਕਰੀਏ ਜਿਸ ਦੇ ਨਾਲ ਪੂਰਾ ਦਿੱਲੀ ਦੇ ਨਾਕੇ ਦਾ ਮਾਬਾਜ ਅੱਜ ਯੂਨੋ ਦੇ ਅੱਜ ਪੂਰੇ ਬਲਰਡ ਦੇ ਵਿੱਚ ਪੂਰੇ ਐਮਬੈਸੀਆਂ ਦੇ ਵਿੱਚ ਪਤਾ ਵੀ ਪੰਜਾਬ ਦੇ ਵਿੱਚ ੱੱਕਾ ਹੋ ਰਿਹਾ ਹੈ ਆਸੋੜਣਾ ਪੂਰਾ ਸੰਸਾਰ ਖੜਾ ਇਸ ਕਰਕੇ ਹੁਣ ਸਾਡੇ ਨਾਲ ਇਹ ਜੀ ਕੀ ਗੱਲ ਕਰ ਲੈਣਗੇ ਸਾਨੂੰ ਡਰਨ ਤੋਂ ਭਾਉਣ ਦੀ ਕੋਈ ਲੋੜ ਨਹੀਂ ਜਦੋਂ ਸਾਡੇ ਮੰਗਾਂ ਨਹੀਂ ਮੰਨ ਰਹੇ ਜਾਂ ਪਿੱਛੇ ਦੀ ਗੱਲ ਕਰ ਲੋ ਸਾਡੇ ਇੱਥੇ ਮਰੋਟਾ ਵਾਲੀ ਗੱਲ ਕਰ ਲੋ ਅਸੀਂ ਇੱਕ ਐਮਐਲਏ ਦੇ ਇੱਕ ਕੱਪੜੇ ਪਾੜੇ ਨੇ ਮੈਂ ਕਿਹਾ ਚੰਗਾ ਕੀਤਾ ਯਾਰ ਜਿਹਦੇ ਕੋਲੇ ਪਾਵਰ ਆ ਜੀ ਉਸ ਅੰਨੀ ਬੁੜੀ ਸਰਕਾਰ ਸਾਡੀ ਗੱਲ ਹੀ ਨਹੀਂ ਸੁਣ ਰਹੀ ਅਸੀਂ ਕੀ ਕਰਾਂਗੇ ਅਸੀਂ ਉਹਨਾਂ ਦੇ ਗੁਲਾਮੇ ਜਹਾਥੀ ਪਾਵਾਂਗੇ ਤਾਂ ਹੋਰ ਕੀ ਕਰਾਂਗੇ ਇਹ ਐ ਗੱਲ ਕਹਿਣਾ ਹੁੰਦਾ ਵੀ ਤੁਸੀਂ ਗਦਾਰ ਕਿੱਥੇ ਨਹੀਂ ਹੈਗੇ ਤੁਸੀਂ ਸਿੱਖ ਧਰਮ ਦਾ ਕਿ ਨੁਕਸਾਨ ਨਹੀਂ ਕਰਿਆ ਕਾਲੀ ਦਰ ਨੇ ਜੱਸੇ ਕਿ ਜਾਇ ਇਹਨਾਂ ਦੇ ਬਿਲਾ ਤੇ ਸਾਈਨ ਬਿਲਾ ਤੇ ਜ਼ਿੰਦਗੀ ਸਹਿਮਤੀ ਨਹੀਂ ਹੋएगी ਸੀਗੀ ਇਹ ਇਹ ਨਹੀਂ ਬੋਲੇ ਇਹਨਾਂ ਨੇ ਵੀਡੀਓ ਨਹੀਂ ਪਾਈਆਂ ਬਾਦਲ ਨੇ ਹਰਸਿਮਰਤ ਕੌਰ ਬਾਦਲ ਨੇ ਮਜੀਠੀਆ ਨੇ ਇਹਨਾਂ ਨੇ ਸਾਰਿਆਂ ਨੇ ਨਹੀਂ ਕਿਹਾ ਵੀ ਬਿਲ ਪੱਖਦੇ ਨੇ ਦੱਸੋ ਕਿਹੜਾ ਮੁਕਰ ਸਕਦਾ ਮੁਕਰ ਕੇ ਦਿਖਾਓ ਇਸ ਗੱਲ ਤੋਂ ਲੋਕਾਂ ਨੇ ਕੋਲੇ ਸਬੂਤ ਪਏ ਨੇਗੇ ਇਹਨਾਂ ਨੇ ਫਿਰ ਵੇਚਿਆ ਨਹੀਂ ਪੰਜਾਬ ਨੂੰ ਕੈਪਟਨ ਦੀ ਗੱਲ ਆਜੋ ਕੈਪਟਨ ਨੈਸ਼ਨਲ ਹਾਈਵੇ ਬਣਾ ਨਹੀਂ ਰਿਹਾ ਅਡਾਨੀਆਂ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ 9 ਲੱਖ ਰੁਪਏ ਰੇਟ ਪਾਇਆ ਕੈਪਟਨ ਨੇ ਕਰੋੜਾ ਰੁਪਿਆ ਕਰੋੜਾ ਰੁਪਿਆ ਦਾ ਇੱਕ ਕਿੱਲਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਦੋ ਅਡਾਨੀ ਅਡਵਾਨੀ ਦਾ ਰਾਜ ਅੱਗ ਅੱਜ ਹੀ ਹੋਣ ਤਾਂ ਦਿੰਦੇ ਨਹੀਂ ਕਿ ਉਹ ਨੈਸ਼ਨਲ ਹਾਈਵੇ ਬਣ ਗਿਆ ਪੂਰਾ ਬਲਡਰ ਨਾਲ ਵਪਾਰ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਵਿੱਚ ਇੱਕ ਮਰਲਾ ਜ਼ਮੀਨ ਦਾ ਨਹੀਂ ਮਿਲਣਾ ਇੱਕ ਮਰਲਾ ਜ਼ਮੀਨ ਐਨੀ ਪੰਜਾਬ ਦੇ ਵਿੱਚ ਜ਼ਮੀਨ ਮਹਿੰਗੀ ਹੋ ਜਾਣੀ ਆ ਇਕੱਲੀ ਦਲ ਗੱਲ ਕਰਦੀ ਆ ਵੀ ਅਸੀਂ ਕਿਸਾਨਾਂ ਦੇ ਹਤਾਸ਼ੀਆਂ ਕਥਾਣਾ ਦੇ ਪੱਖੀ ਆ ਤੁਹਾਨੂੰ ਤਾਂ 2022 ਚ ਸਰਕਾਰ ਬਣਾਉਣ ਦੀ ਸੀ ਵੀ ਕਿਵੇਂ ਸਰਕਾਰ ਬਣਾਈਏ ਤੁਸੀਂ ਕੀ ਕੀਤਾ ਕਿਸਾਨਾਂ ਲਈ ਸ਼ਰਮ ਕਰੋ ਲੋਕਾਂ ਨੂੰ ਸ਼ਰਮ ਕਰਨੀ ਚਾਹੀਦੀ ਏ ਇਸ ਗੱਲ ਤੇ ਵੀ ਤੁਸੀਂ ਉਹਨਾਂ ਦਾ ਸਾਥ ਦੇ ਰਹੇ ਹੋ ਜਿਨ੍ਹਾਂ ਨੇ ਤੁਹਾਡੇ ਪੰਜਾਬ ਨੂੰ ਵੇਚਿਆ ਤੁਹਾਡੇ ਪੰਜਾਬ ਦਾ ਕਦੇ ਸੁਧਾਰ ਕਿਵੇਂ ਹੋਊਗਾ ਇਹੋ ਜਿਹਾ ਸਾਨੂੰ ਚਿਹਰਾ ਲਿਆਉਣ ਦੀ ਪੰਜਾਬ ਦੇ ਵਿੱਚ ਲੋੜ ਆ ਇਹੋ ਜੇ ਨੌਜਵਾਨ ਲਿਆਉਣ ਦੀ ਲੋੜ ਆ ਕਿਸਾਨਾਂ ਦੇ ਮਜ਼ਦੂਰਾਂ ਪੁੱਤ ਲਿਆਉਣ ਦੀ ਲੋੜ ਆ ਜੋ ਥੋਡੇ ਆਪਣੇ ਹੱਕਾਂ ਦੀ ਗੱਲ ਕਰ ਸਕਣ ਨਹੀਂ ਜਿਹੜੇ ਕਿ ਜਿਹੜੇ ਥੋਡੇ ਵੱਡੇ ਘਰਾਣੇ ਨੇਗੇ ਉਹ ਥੋਡੇ ਪੰਜਾਬ ਨੂੰ ਵੇਚ ਕੇ ਖਾਗੇ ਜੇਕਰ ਤੁਸੀਂ ਪੰਜਾਬ ਨੂੰ ਬਚਾਉਣਾ ਤਾਂ ਕਿਸਾਨਾਂ ਤੇ ਮਜ਼ਦੂਰਾਂ ਦੇ ਕੋਲੇ ਪਾਵਰ ਹੋਣੀ ਬਹੁਤ ਜ਼ਰੂਰੀ ਆ ਪੰਜਾਬ ਦੇ ਵਿੱਚ ਕਿਸਾਨ ਤੇ ਮਜ਼ਦੂਰੀ ਨਹੀਂ ਹੈਗੇ ਪੰਜਾਬ ਦੇ ਵਿੱਚ ਕਿਸਾਨ ਨੇ ਮਜ਼ਦੂਰ ਨੇ ਹੋਰ ਤਾਂ ਕੋਈ ਬਾਲੇ ਵੱਡੇ ਬਿਜ਼ਨਸਮੈਨ ਹੈ ਨਹੀਂਗੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਸਾਰੀ ਖੇਤੀ ਹੁੰਦੀ ਹੈ ਤਾਂ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਦੀ ਗੱਲ ਕਰੀਏ ਇਸ ਕਰਕੇ ਉਹ ਲੋਕਾਂ ਕੋਲੇ ਪਾਵਰ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੇ ਲੋਕ ਸਭਾ ਰਾਜ ਸਭਾ ਵਿਧਾਨ ਸਭਾ ਦੇ ਵਿੱਚ ਥੋੜੀ ਆਵਾਜ਼ ਉਠਾ ਸਕਣ ਨਾ ਕਿ ਆ ਤੁਸੀਂ ਜਿਹੜੇ ਗਧੇ ਨੇਗੇ ਆ ਗਧਿਆਂ ਦੇ ਗਲਾਂ 'ਚ ਹਾਰ ਪਾਏ ਹੋਏ ਨੇ ਇਹ ਗਧੇ ਹੁਣ ਗਧੇ ਇਹ ਇਕੱਲੇ ਇਕੱਲੇ ਬੇਸਕ ਬੋਲ ਰਹੇ ਨੇ ਕਿਸਾਨਾਂ ਦੇ ਹੱਕ 'ਚ ਹੁਣ ਸੱਪ ਲੰਘ ਗਿਆ ਲੀਕੁੱਟੇ ਦਾ ਕੀ ਫਾਇਦਾ ਤੁਸੀਂ ਕੋਈ ਦੇਖਿਆ ਵੀ ਕੋਈ ਪਹਿਲਾ ਐਮਐਲਏ ਐਮਪੀ ਜਾਂ ਕਿਸੇ ਨੇ ਜਾ ਕੇ ਅੰਦੋਲਨ ਸ਼ੁਰੂ ਕਰਿਆ ਹੋਵੇ ਆ ਹੁਣੇ ਦੇਖ ਲਓ ਚੱਲ ਪਹਿਲਾਂ ਤਾਂ ਗੋਲੀ ਮਾਰੋ ਅਕਾਲੀਆਂ ਦੀ ਗੱਲ ਕਰ ਲਓ ਇਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਵੀ ਯਾਰ ਉੱਥੇ ਅੰਦੋਲਨ ਕਰ ਰਿਹਾ ਹੂੰ ਤਾਂ ਕਹਿੰਦੇ ਸੀ ਕਿਸਾਨਾਂ ਦੇ ਨਾਲ ਆ ਤੂੰ ਤਾਂ ਇੱਥੇ ਰੈਲੀਆਂ ਤਾੜ-ਤਾੜ ਕਰੀ ਜਾਨੂੰ ਜੇ ਕਾਲੀ ਦਲ ਚਾਹੇ ਬਾਦਲ ਪਰਿਵਾਰ ਚਾਹੇ ਜਾਂ ਸ਼੍ਰੋਮਣੀ ਕਾਲੀ ਦਲ ਚਾਹੇ ਤਾਂ ਦਿੱਲੀ ਦੇ ਵਿੱਚ ਜਾ ਕੇ ਰੈਲੀਆਂ ਕਰ ਲੈਣ ਉੱਥੇ ਜਾ ਕੇ ਕੁਝ ਕਰਕੇ ਦਿਖਾ ਦੇ ਨਾ ਇੱਥੇ ਕਿਉਂ ਝੂਠ ਲੋਕਾਂ ਨੂੰ ਬੋਲੀ ਜਾਂਦੇ ਹੋ ਉੱਥੇ ਤਾਂ ਇਹਨਾਂ ਦੀ ਯਾਰ ਮੋਦੀ ਦੇ ਮੂਰਤ ਹੈ ਬੋਲ ਹੀ ਨਹੀਂ ਸਕਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਿੰਘ ਬਲ ਨਿਰਪੱਖ ਪੋਸਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਦੋਸਤੋ ਦੋਸਤੋ ਪੰਜਾਬੀ ਕਿਸਾਨੀ ਸੰਘਰਸ਼ ਦੀ ਜੀ ਗੱਲ ਕਰਾਂ ਤਾਂ ਬਹੁਤ ਲੰਬਾ ਸਮਾਂ ਬਤੀਤ ਹੋ ਚੁੱਕਾ ਆ ਕਿਸਾਨੀ ਸੰਘਰਸ਼ ਇਹ ਹੁਣ ਤੋਂ ਹੀ ਨਹੀਂ ਚੱਲ ਰਿਹਾ ਕਾਫੀ ਲੰਬੇ ਸਮੇਂ ਤੋਂ ਚੱਲ ਰਹੇ ਨੇ ਜਿਸ ਦੇ ਵਿੱਚ ਆਪ ਅਕਸਰ ਜ਼ਿਕਰ ਕਰਦੇ ਹੁੰਦੇ ਸੀਗੇ ਕਿ ਸਾਡੇ ਬਜ਼ੁਰਗਾਂ ਦੀਆਂ ਚੱਪਲਾਂ ਘਸ ਜਾਂਦੀਆਂ ਸੀਗੀਆਂ ਪਰ ਇਨਸਾਫ਼ ਨਹੀਂ ਕਦੇ ਮਿਲਦਾ ਹੁੰਦਾ ਸੀਗਾ ਤੇ ਇਹਨਾਂ ਰੈਲੀਆਂ ਦੇ ਵਿੱਚ ਇਹਨਾਂ ਸੰਘਰਸ਼ਾਂ ਦੇ ਵਿੱਚ ਹਮੇਸ਼ਾ ਜਿਹੜੇ ਸਾਡੇ ਬਜ਼ੁਰਗ ਰੋਲਦੇ ਹੁੰਦੇ ਸੀ ਪਰ ਬਹੁਤ ਘੱਟ ਗਿਣਵੀ ਜਿਹੜੇ ਨੌਜਵਾਨ ਸੀਗੇ ਉਹਨਾਂ ਦਾ ਰੁਝਾਨ ਹੁੰਦਾ ਸੀ ਕਿਸਾਨੀ ਵੱਲ ਦੇ ਕਿਸਾਨੀ ਨੂੰ ਬਚਾਇਆ ਜਾਵੇ ਕਿਸਾਨੀ ਦੇ ਰੁਝੇਵੇਂਆਂ ਦੇ ਵਿੱਚ ਉਹ ਰੁੱਝਦੇ ਹੁੰਦੇ ਸੀਗੇ ਬਹੁਤ ਘੱਟ ਲੋਕ ਐਸੇ ਹੁੰਦੇ ਸੀਗੇ ਅੱਜ ਮੇਰੇ ਨਾਲ ਇੱਕ ਉਹ ਸ਼ਖਸੀਅਤ ਬੈਠੀ ਹੈ ਉਹ ਨੌਜਵਾਨ ਬੈਠਾ ਹੈ ਉਹ ਗੱਬਰੂ ਬੈਠਾ ਹੈ ਜਿਸ ਨੇ ਉਸ ਸਮੇਂ ਦੇ ਵਿੱਚ ਵੀ ਕਿਸਾਨੀ ਦੇ ਹੋਕਾ ਲਗਾਇਆ ਕਿਸਾਨੀ ਦੇ ਲਈ ਲੋਕਾਂ ਨੂੰ ਬਾਹਰ ਕੱਢਿਆ ਪਿੰਡਾਂ ਦੇ ਵਿੱਚੋਂ ਜਦ ਯੂਥ ਨਿਕਲਦਾ ਨਹੀਂ ਹੁੰਦਾ ਸੀ ਤਾਂ ਯੂਥ ਨੂੰ ਇਕੱਠਾ ਕਰਕੇ ਕਿਸਾਨੀ ਦੇ ਵੱਲ ਤੋਰਿਆ ਕਿਤਨਾ ਕਿਤੇ ਲੋਕ ਗਲਤ ਅੰਦਾਜ਼ਾ ਲਗਾ ਲੈਂਦੇ ਸੀਗੇ ਕਿ ਉਹਨਾਂ ਨੂੰ ਦੇਖ ਕੇ ਵੀ ਸ਼ਾਇਦ ਇਹ ਬੰਦੇ ਦੀ ਇਮੇਜ ਨੂੰ ਗਲਤ ਜੱਜ ਕਰ ਲੈਂਦੇ ਸੀ ਕਿਉਂਕਿ ਅਸਲ ਦੇ ਵਿੱਚ ਦੇਖਦਾ ਬੰਦਾ ਕੁਝ ਹੋਰ ਹੁੰਦਾ ਸੀ ਲੋਕ ਇਹ ਸੋਚ ਲੈਂਦੇ ਸੀ ਜੇ ਦੇਖਦਾ ਇਦਾਂ ਤਾਂ ਇਹ ਹੋਊਗਾ ਵੀ ਇਦਾਂ ਦਾ ਪਰ ਅਸਲੀਅਤ ਕੀ ਹੁੰਦੀ ਆ ਕਈ ਵਾਰ ਬੰਦੇ ਦੇ ਲਾਈਫ ਦੇ ਵਿੱਚ ਕੁਝ ਐਸੇ ਫੇਜ਼ ਆਏ ਹੁੰਦੇ ਨੇ ਕਿ ਬੰਦਾ ਉਦਾਂ ਦਾ ਬਣ ਜਾਂਦਾ ਆ ਕੀ ਅਸਲੀਅਤ ਕੀ ਸੀ ਮੇਰੇ ਨਾਲ ਬਾਈ ਪਾਨਾ ਸਿੱਧੂ ਮੌਜੂਦ ਹੋਣਗੇ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਉਹਨਾਂ ਨਾਲ ਆਪਾਂ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ ਕਿ ਕਿਹੜੀ ਐਸੀ ਚੀਜ਼ ਸੀ ਵੀ ਪਾਨੇ ਨੂੰ ਜਿਸ ਨੇ ਬਦਲ ਦਿੱਤਾ ਲਾਈਫ ਦੇ ਵਿੱਚ ਕਹਿੰਦੇ ਨੇ ਕੁਝ ਐਸਾ ਹੋ ਪਹਿਲਾਂ ਕੁਝ ਹੋਰ ਸੀ ਤੇ ਲਾਈਫ ਦੇ ਵਿੱਚ ਕੁਝ ਐਸਾ ਸਿਚੁਏਸ਼ਨ ਬਣ ਗਈਆਂ ਇਥੇ ਕੰਡੀਸ਼ਨ ਆ ਗਈਆਂ ਕਿ ਪੰਨਾ ਸਿੱਧੂ ਟੋਟਲੀ ਚੇਂਜ ਹੋ ਗਿਆ ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰਦੇ ਆਂ ਮੇਰੇ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਸਵਾਗਤ ਸਾਰਿਆਂ ਨੂੰ ਸਾਰੇ ਹੀ ਭਰਾਵਾਂ ਨੂੰ ਸਸਰੀਏ ਕਾਲਜੀ ਠੀਕ ਠਾਕ ਹੋ ਬਾਈ ਚੜਦੀ ਕਲਾ ਜੀ ਕਿਵੇਂ ਚੱਲ ਰਹੀ ਜਿੰਦਗੀ ਬਹੁਤ ਵਧੀਆ ਚੱਲ ਰਹੀ ਹੈ ਪਰਮਾਤਮਾ ਦੀ ਬਹੁਤ ਵਧੀਆ ਕਿਰਪਾ ਹੂੰ ਤੇ ਜਿਵੇਂ ਹੁਣ ਜ਼ਿਕਰ ਹੀ ਕੀਤਾ ਸ਼ੁਰੂਆਤ ਕੀਤੀ ਉਹ ਤੁਹਾਡੇ ਦੋ ਗੱਲਾਂ ਨੇਗੀਆਂ ਜਿਹੜੀ ਕਿ ਨੌਜਵਾਨਾਂ ਨੂੰ ਹੋਕਾ ਦੇ ਨਾਲ ਉਹ ਕੀ ਮੈਂ ਤਾਂ ਮਿੰਦ ਲੱਗਦਾ ਵੀ ਜਿੱਦਾਂ ਦਾ ਇਹ ਕਿਉਂਕਿ ਸਾਡੇ ਘਰ ਚੋਂ ਹੀ ਇਹ ਚੀਜ਼ਾਂ ਮਿਲੀਆਂ ਹੋਈਆਂ ਨੇ ਗਿਆ ਮੈਨੂੰ ਮੇਰੇ ਦਾਦੇ ਤੋਂ ਹੀ ਮਿਲੀਆਂ ਹੋਈਆਂ ਨੇ ਹਨਾ ਉਹ ਲੋਕਾਂ ਲਈ ਉਹਨੇ ساری ਉਮਰ ਲੇਖੇ ਲਾਈ ਆ ਉਸ ਤੋਂ ਬਾਅਦ ਉਹ ਹੀ ਲੀਤੇ ਮੈਂ ਚੱਲਿਆ ਮੈਂ ਇੱਕ ਐਜ਼ ਅ ਕਲਾਕਾਰ ਥੋੜਾ ਮੋਟਾ ਜੋ ਮੇਰੀ ਪਛਾਣ ਬਣੀ ਹੈ ਹਨਾ ਇੱਕ ਆ ਵੀਡੀਓ ਜਰੀਏ ਜਾਂ ਸੋਸ਼ਲ ਮੀਡੀਆ ਜਰੀਏ ਇਹ ਜੀ ਪਛਾਣ ਬਣੀ ਉਸ ਤੋਂ ਬਾਅਦ ਮੈਂ ਇੱਕ ਆਪਣਾ ਫਰਜ਼ ਵੀ ਸਮਝਿਆ ਵੀ ਲੋਕਾਂ ਪ੍ਰਤੀ ਇੱਕ ਹਰ ਇੱਕ ਦਾ ਫਰਜ਼ ਕੀ ਹੈ ਜੇ ਤੁਹਾਨੂੰ ਲੋਕ ਪਿਆਰ ਕਰਦੇ ਨੇ ਤਾਂ ਤੁਸੀਂ ਹਰ ਇੱਕ ਆਰਟਿਸਟ ਹਰ ਇੱਕ ਕਲਾਕਾਰ ਦਾ ਫਰਜ਼ ਹੈ ਜੋ ਕਿ ਉਹ ਲੋਕ ਬਹੁਤ ਘੱਟ ਨਮਾਉਂਦੇ ਨੇਗੇ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ ਲੋਕਾਂ ਦਾ ਮੁੱਲ ਮੋੜਨਾ ਚਾਹੀਦਾ ਜੋ ਲੋਕ ਪਿਆਰ ਕਰਦੇ ਨੇ ਉਹਨਾਂ ਪ੍ਰਤੀ ਹੱਕਾਂ ਪ੍ਰਤੀ ਉਹਨਾਂ ਦੀ ਆਵਾਜ਼ ਇਸ ਤਰ੍ਹਾਂ ਬੁਲੰਦ ਕਰਨੀ ਚਾਹੀਦੀ ਹੈ ਜੋ ਉਹਨਾਂ ਨੂੰ ਆਪਦੇ ਹੱਕ ਮਿਲਣ ਅਜੇ ਤੱਕ ਪੰਜਾਬ ਦੇ ਵਿੱਚੋਂ ਜਾਂ ਪੂਰੇ ਭਾਰਤ ਦੇ ਵਿੱਚ ਇਹ ਸਿਸਟਮ ਰਿਹਾ ਲੋਕਾਂ ਨੂੰ ਆਪਣੇ ਹੱਕ ਨਹੀਂ ਮਿਲਦੇ ਜਿਹੜੀ ਤੁਸੀਂ ਗੱਲ ਕਹੀ ਆ ਵੀ ਬਦਲਣ ਦੀ ਗੱਲ ਹੈ ਹੈਨਾ ਇਕ ਨਾ ਵੀ ਹਰ ਇੱਕ ਲੋਕ ਜੱਜ ਇਸ ਤਰ੍ਹਾਂ ਕਰ ਲੈਂਦੇ ਨੇ ਕੋਈ ਕੁਝ ਕਹ ਲੈਂਦਾ ਕੋਈ ਕੁਝ ਕਹ ਲੈਂਦਾ ਬਾਕੀ ਬੈਕਗ੍ਰਾਉਂਡ ਬਾਰੇ ਕਿਸੇ ਨੂੰ ਨਹੀਂ ਪਤਾ ਹੁੰਦਾ ਮੈਂ ਬਹੁ ਮਾੜਾ ਸਮਾਂ ਹੜਾਇਆ ਹਨਾ ਵੀ ਮੈਂ ਉਹ ਚੀਜ਼ਾਂ ਸਾਰੇ ਕਿਸਾਨੀ ਦੇ ਮੈਂ ਉਹ ਮਾੜੇ ਹਾਲਾਤ ਦੇਖੇ ਹੋਏ ਨੇਗੇ ਤਾਂ ਕਰਕੇ ਮੇਰਾ ਦਿਲ ਕਰਿਆ ਵੀ ਜ਼ਰੂਰ ਤਾਂ ਵੀ ਇਸ ਟਾਈਮ ਕਿਸਾਨੀ ਤੇ ਮਜ਼ਦੂਰਾਂ ਦੀ ਗੱਲ ਕਰਨੀ ਹਨਾ ਦੋਨਾਂ ਆਪਣੀ ਸਿਸਟਮ ਦੀ ਗੱਲ ਕਰਨੀ ਵੀ ਇਹ ਨਹੀਂ ਹੈਗਾ ਵੀ ਅੱਜ ਤੁਸੀਂ ਜਾ ਤੁਹਾਨੂੰ ਲੋਕ ਪਿਆਰ ਕਰਦੇ ਨੇ ਕੱਲਾ ਪੈਸਾ ਹੀ ਕਮਾਈ ਜਾਓ ਜੋ ਕੱਲਾ ਫਿਲਮਾਂ ਹੀ ਦੇਈ ਜਾਓ ਵੀ ਆਪਣੇ ਫਰਜ਼ ਭੁੱਲ ਜਿਓ ਫਰਜ ਫਰਜ ਤੁਹਾਡੇ ਯਾਦ ਹੋਣੇ ਬਹੁਤ ਜ਼ਰੂਰੀ ਨੇਗੇ ਮੈਂ ਆਪਣੀ ਥੋੜੀ ਬੈਕਗ੍ਰਾਉਂਡ ਦੀ ਗੱਲ ਦੱਸਦਾ ਮੈਂ ਇੱਕ ਨਾ ਮੈਂ ਜਿਵੇਂ ਕਿ ਅਸੀਂ ਨਾ ਕਿਸੇ ਬੈਠੇ ਨਾ ਕਿਸੇ ਸਟੋਰੀ ਤੇ ਡਿਸਕਸ ਕਰ ਰਹੇ ਸੀ ਜੀ ਕੋਈ ਬਹੁਤ ਵੱਡੇ ਫਿਲਮ ਡਾਇਰੈਕਟਰ ਪ੍ਰੋਡਿਊਸਰ ਮੇਰੇ ਨਾਲ ਬੈਠੇ ਸੀ ਜੀ ਉਹ ਸਟੋਰੀ ਦਾ ਡਿਸਕਸ ਕਰ ਰਹੇ ਸੀਗੇ ਉਹ ਗੱਲਾਂ ਜੇ ਕਰਦੇ ਕਰਦੇ ਉਹ ਤੇ ਬੋਰ ਹੋ ਗਏ ਕਿਉਂਕਿ ਨੇ ਆਪਣੀ ਬੈਕਗ੍ਰਾਉਂਡ ਬਾਰੇ ਦੱਸ ਉਹਨਾਂ ਨੇ ਮੇਰੇਆ ਵੀਡੀਓ ਜਾਂ ਹੋਰ ਚੱਕ ਕੇ ਦੇਖਿਆ ਹਰ ਇੱਕ ਇਹ ਅੰਦਾਜ਼ਾ ਲਾਉਂਦਾ ਵੀ ਇਹ ਬੰਦੇ ਦੀ ਜ਼ਿੰਦਗੀ ਬਹੁਤ ਵਧੀਆ ਰਹੀ ਹੋਣੀ ਹੈ ਹਨਾ ਪਰ ਜਿਹੜਾ ਬੈਕਗ੍ਰਾਉਂਡ ਮੇਰਾ ਉਹ ਸੁਣ ਕੇ ਦੇਖ ਕੇ ਰੋ ਪਏ ਵੀ ਉਹਨਾਂ ਨੇ ਮੈਂ ਆਪਣੀ ਸਾਰੀ ਅਸਲੇ ਸੁਣਾਈ ਵੀ ਕਿਸਾਨੀ ਦੇ ਹਾਲਾਤ ਸੁਣਾਏ ਵੀ ਇੱਕ ਕਿਸਾਨ ਇੱਕ ਜ਼ਿਮੀਂਦਾਰ ਦਾ ਪੁੱਤ ਹੁੰਦੇ ਹੋਏ ਵੀ ਮਜ਼ਦੂਰਾਂ ਦੇ ਪੁੱਤਨ ਨਾਲੋਂ ਮਾੜਾ ਹਾਲਾਤ ਇੱਕ ਇੱਕ ਜੱਟ ਦੇ ਪੁੱਤ ਹੁੰਦੇ ਹੋਏ ਵੀ ਹਨਾ ਇੱਕ ਵੀ ਕਿਸਾਨ ਦੇ ਘਰੇ ਪੈਦਾ ਹੋ ਕੇ ਜ਼ਿਮੀਂਦਾਰ ਦੇ ਘਰੇ ਪੈਦਾ ਹੋ ਕੇ ਵੀ ਮਜ਼ਦੂਰਾਂ ਦੇ ਹਾਲਾਤਾਂ ਨੂੰ ਵੀ ਮਾੜੇ ਹਾਲਾਤ ਜਿਹੜਾ ਟਾਈਮ ਲੋਕਾਂ ਦਾ ਮੈਗਨਸ ਬੱਚਿਆਂ ਦਾ ਖੇਡਣ ਦਾ ਹੁੰਦਾ ਉਹ ਮੇਰਾ ਖੇਤ ਤੇ ਮੱਜਾਂ ਪਿੱਛੇ ਮੱਜਾਂ ਲੱਗ ਜਾਂਦਾ ਮੇਰਾ ਹੋਰ ਅਸੀਂ ਸਕੂਲ ਮੈਂ ਸਕੂਲ ਵੀ ਕਟੂਕਟ ਮੈਗਨਸ ਮੈਂ 5-6 ਮਹੀਨੇ ਮਸਾ ਜਾਂਦਾ ਸਾਲ ਦੇ ਵਿੱਚ ਸਕੂਲ ਮੈਂ ਸਰਕਾਰੀ ਸਕੂਲ ਚ ਹੀ ਪੜਿਆ ਬਾਕੀ ਉਹ ਟਾਈਮ ਮੱਜਾਂ ਦੇ ਵਿੱਚ ਜਾਂ ਖੇਤ ਦੇ ਵਿੱਚ ਹੀ ਸਾਰਾ ਕੰਮ ਲੰਘ ਜਾਣਾ ਸਕੂਲ ਦੇ ਵਿੱਚ ਜਿਹੜੇ ਛੋਟੇ ਛੋਟੇ ਜਵਾਕਾਂ ਨਾਲ ਜੋ ਛੋਟੇ ਹੁੰਦੇ ਵਾਦਾ ਕਰਕੇ ਆਉਣਾ ਵੀ ਆਪਾਂ ਯਾਰ ਆ ਜਾ ਕੇ ਖੇਡਾਂਗੇ ਹਨਾ ਵੀ ਆਪਾਂ ਸਕੂਲ ਤੋਂ ਬਾਅਦ ਖੇਡਾਂਗੇ ਜਾਣ ਸਰ ਮੱਜਾਂ ਖੜਨੇ ਹੁੰਦੀਆਂ ਜਾਂ ਪੱਠੇ ਵੱਢ ਕੇ ਲਿਓਣੇ ਹੁੰਦੇ ਜਸ ਤੋਂ ਬਾਅਦ ਕਿ ਜ਼ਮੀਨ ਵੀ ਇਹੋ ਜੀ ਸੀਗੀ ਜਿਹੜੀ ਸਾਲੀ ਟਿੱਬਿਆਂ ਵਾਲੀ ਜਿਹਦੇ ਵਿੱਚੋਂ ਬੀਜ ਪਾਉਣ ਦੇ ਬੀਜ ਵੀ ਨਹੀਂ ਸੀ ਪੂਰਾ ਨਿਕਲਦਾ ਉਸ ਤੋਂ ਬਾਅਦ ਨੈਕਸਟ ਕੀ ਹੋਇਆ ਨੈਕਸਟ ਘਰੇ ਬਿਮਾਰੀ ਆ ਗਈ ਮੰਮੀ ਕੈਂਸਰ ਹੋਇਆ ਮੰਮੀ ਦੀ ਕੈਂਸਰ ਨਾਲ ਡੈਥ ਹੋ ਗਈ ਬੜੇ ਮਾੜੇ ਉਹ ਹਾਲਾਤਾਂ ਦੇ ਵਿੱਚੋਂ ਨਿਕ ਆ ਖੁਸ਼ੀ ਰਹਿਣਾ ਵੀ ਚੜ੍ਹਦੀ ਕਲਾ 'ਚ ਹੀ ਰਹਿਣਾ ਪਰ ਐਵੇਂ ਜਿਹੀ ਨਹੀਂ ਰਹਿੰਦੇ ਤਾਂ ਕਰਕੇ ਹੁਣ ਜਿਹੜੀ ਅੱਜ ਪ੍ਰਮਾਤਮਾ ਨੇ ਚੰਗਾ ਦਿਨ ਲੈ ਕੇ ਆਂਦਾ ਵਾਹਿਗੁਰੂ ਨੇ ਬਹੁਤ ਚੰਗੇ ਦਿਨ ਲੈ ਕੇ ਆਉਂਦੇ ਨੇ ਉਸ ਕਾਲਪੁਰਖ ਨੇ ਵੀ ਉਹ ਸਾਰੀਆਂ ਚੀਜ਼ਾਂ ਦੇ ਦਿੰਦੇ ਆ ਜਨਾਂ ਦੇ ਲੋਡ ਸੀ ਬੰਦੇ ਨੂੰ ਹਨਾ ਜਿਹੜੇ ਜਿਹੜੇ ਬੰਦੇ ਕੋਲੇ ਸਾਈਕਲ ਨਹੀਂ ਸੀ ਅੱਜ ਉਹ ਬੰਦਾ ਕੋਲੇ ਗੱਡੀਆਂ ਨੇ ਹੈ ਹਨਾ ਉਹ ਵੀ ਪਰਮਾਤਮਾ ਨੂੰ ਦੇਣਾ ਜਿਹਦੇ ਕੋਲੇ ਦੋ ਕਮਰੇ ਸੀਗੇ ਇੱਕ ਕਮਰੇ ਜੀ ਸੌਣਾ ਉਸੇ ਚ ਹੀ ਰਹਿਣਾ ਉਹ ਅੱਜ ਉੱਥੇ ਕੋਠੀਆਂ ਬਣ ਗਈਆਂ ਉਹ ਵੀ ਪਰਮਾਤਮਾ ਦੇ ਸਾਰੇ ਕੁਝ ਦੇਣੇ ਆ ਅੱਛਾ ਪਾਨੀ ਵੀਰੇ ਤੁਹਾਨੂੰ ਲੋਕ ਅਕਸਰ ਮਿਲਦੇ ਹੋਣਗੇ ਕਿ ਪਿਆਰ ਦਿੰਦੇ ਨੇ ਪਰ ਜਿਵੇਂ ਮੈਂ ਸ਼ੁਰੂਆਤ ਕੀਤੀ ਕਿ ਕਈ ਲੋਕ ਗਲਤ ਜੱਜ ਕਰ ਲੈਂਦੇ ਨੇ ਇਮੇਜ ਗਲਤ ਬਣਾ ਲੈਂਦੇ ਨੇ ਤੁਸੀਂ ਜਿਵੇਂ ਹੁਣ ਤੁਸੀਂ ਦੱਸਿਆ ਮੈਨੂੰ ਲੱਗਦਾ ਪਹਿਲੀ ਇੰਟਰਵਿਊ ਐ ਜਿਸ ਦੇ ਵਿੱਚ ਤੁਸੀਂ ਇਸ ਚੀਜ਼ ਦਾ ਜ਼ਿਕਰ ਕਰ ਰਹੇ ਹੋ ਤੁਸੀਂ ਇਸ ਮ ਉਹਨੂੰ ਆਪਣੇ ਕੋਈ ਇਹੋ ਜਿਹਾ ਸਿਸਟਮ ਜਿਵੇਂ ਕਿ ਉਹਨੂੰ ਲੋਕਾਂ ਸਾਹਮਣੇ ਵਧੀਆ ਪ੍ਰੋਪਰ ਤਰੀਕੇ ਨਾਲ ਸ਼ੂਟ ਕਰ ਰਹੇ ਹਨ ਬਹੁਤ ਵਧੀਆ ਮੇਰੇ ਪਿੱਛੇ ਡਾਇਰੈਕਟਰ ਉਹਦੇ ਕੰਮ ਕਰ ਰਹੇ ਆ ਉਹਦਾ ਡਾਇਰੈਕਟਰ ਕੰਮ ਕਰ ਰਿਹਾ ਉਹਦੇ ਵਿੱਚ ਸਾਰਾ ਕੁਝ ਹੀ ਹੈ ਪਰ ਇਸ ਚੀਜ਼ ਦਾ ਕਦੇ ਜ਼ਿਕਰ ਕਿਉਂ ਨਹੀਂ ਕੀਤਾ ਗਿਆ ਤੁਸੀਂ ਮਲਕੀ ਤੁਹਾਡੇ ਵੱਲੋਂ ਜ਼ਿਕਰ ਕਿਉਂ ਨਹੀਂ ਹੋਇਆ ਉਹਦੇ ਮੰਨਦੇ ਸੀ ਆ ਵੀ ਕੋਈ ਗੱਲ ਨਹੀਂ ਤੈਨੂੰ ਜਵਾਬ ਦੇਵਾਂਗੇ ਜ਼ਿਕਰ ਪਤਾ ਕੀ ਗੱਲ ਹੈ ਬੰਦੇ ਦੀ ਹਰ ਇੱਕ ਦੀ ਜ਼ਿੰਦਗੀ 'ਚ ਉਤਰਾ ਚੜਾਅ ਆਣਗੇ ਉੱਥੇ ਤੁਸੀਂ ਰੋਣਾ ਰੋਵੋਗੇ ਤੁਸੀਂ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੋ ਤੁਸੀਂ ਇਹ ਨਾ ਹੈਗਾ ਵੀ ਤੁਸੀਂ ਆਪਣੇ ਹਰ ਇੱਕ ਕੋਲੇ ਦਰਦ ਖੋਲੀ ਜਾਓ ਇਹ ਵੀ ਲੋਕ ਅੱਜਕੱਲ ਸੋਣਾ ਪਸੰਦ ਨਹੀਂ ਕਰਦੇ ਕਿਉਂਕਿ ਹਰ ਇੱਕ ਬੰਦੇ ਦੀ ਜੀ ਬੰਦਾ ਸਟਰਗਲ ਕਰਕੇ ਹਰ ਇੱਕ ਬੰਦੇ ਦੀ ਜੀ ਦੁੱਖ ਨੇਗੇ ਤੁਸੀਂ ਆਪਣਾ ਦੁੱਖ ਦੱਸੋਗੇ ਉਹਦਾ ਅਗਲਾ ਆਪ ਦੁੱਖ ਦੱਸਣ ਨੂੰ ਤਿਆਰ ਬੈਠਾ ਹੈ ਇਸ ਕਰਕੇ ਮੈਂ ਇੱਕ ਸਾਰੇ ਭਰਾਵਾਂ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਜਿੰਨੀ ਮਿਹਨਤ ਕਰੋਗੇ ਥੋਡੀ ਉਹੀ ਕਾਮਯਾਬੀ ਆ ਇਹ ਨਹੀਂ ਹੈਗਾ ਵੀ ਤੁਸੀਂ ਮਾੜੇ ਮਾੜੇ ਗੱਲਾਂ ਨੂੰ ਲੈ ਕੇ ਰੋਣੇ ਰੋਈ ਜਾਓ ਪਰ ਉਹ ਮੈਂ ਜਰੂਰ ਆ ਵੀ ਇਹ ਚੀਜ਼ ਮੈਂ ਜਰੂਰ ਦਿਖਾਉਂਗਾ ਮੈਂ ਸਟਰਗਲ ਕਿਵੇਂ ਕਰਿਆ ਹਨਾ ਉਹ ਕਿਵੇਂ ਆਇਆ ਜਾਂ ਜਿੰਨੇ ਸਾਡੇ ਕੈਂਸਰ ਦੀਆਂ ਗੱਲਾਂ ਨੇਗੇ ਮੈਂ ਕੈਂਸਰ ਦੇ ਘੱਟੋ ਘੱਟ ਵੀ ਮੈਂ ਜਿੰਨਾ ਕਰਨ ਕਰਾਉਣ ਵਾਲਾ ਦਾ ਪਰਮਾਤਮਾ ਬਹੁਤ ਬਹੁਤ ਸਾਰੇ ਮਰੀਜ਼ਾਂ ਦੇ ਅਸੀਂ ਹੈਲਪ ਕਰੀ ਉਹਨਾਂ ਦੇ ਇਲਾਜ ਵੀ ਹੋਏ ਨੇਗੇ ਇਦਾਂ ਦੇ ਕੰਮ ਹੋਏ ਨੇਗੇ ਇਹ ਗੱਲਾਂ ਨਹੀਂ ਹੈ ਅੱਛਾ ਕਿਸਾਨੀ ਸੰਘਰਸ਼ ਦੀ ਜੇ ਮੈਂ ਗੱਲ ਕਰਾਂ ਹੁਣ ਬਹੁਤ ਲੰਬਾ ਸਮਾਂ ਬਤੀਤ ਹੋ ਚੁੱਕਾ ਆ ਹੁਣ ਜਿਹੜੀ ਗਰਮੀ ਆ ਗਈ ਆ ਤਕਰੀਬਨ ਗਰਮੀਆਂ ਵਾਸਤੇ ਵੀ ਜਿਹੜੇ ਜ਼ਿੰਮੇਦਾਰਾਂ ਨੇ ਕਿਸਾਨਾਂ ਨੇ ਜਿਹੜੀ ਆਪਣੀਆਂ ਟਰਾਲੀਆਂ ਨੇ ਤਿਆਰ ਕਰ ਲੀਆਂ ਨੇ ਬਕਾਇਦਾ ਤਿਆਰ ਕਰ ਚੁੱਕੇ ਨੇ ਤਾਂ ਕਿ ਗਰਮੀ ਤੋਂ ਕਿਸ ਤਰੀਕੇ ਨਾਲ ਲੜਿਆ ਜਾ ਸਕੇ ਵੀ ਕੀ ਲੱਗਦਾ ਵੀ ਹੁਣ ਮੋਰਚਾ ਕਿੱਧਰ ਨੂੰ ਜਾ ਰਿਹਾ ਕਿਤੇ ਇਹ ਤਾਂ ਨਹੀਂ ਹੋਊਗਾ ਵੀ ਕਿਤੇ ਨਾ ਵੀ ਮੋਰਚਾ ਤੁਰਿਆ ਕਿਸਲੀ ਤੇ ਸੀਗਾ ਪਰ ਕਿਤੇ ਹੋਰ ਕਿ ਉਹਨੂੰ ਲੈ ਕੇ ਜਾਇਆ ਜਾਵੇ ਜਾਂ ਤੱਕਾ ਦੇ ਦਿੱਤਾ ਜਾਵੇ ਕਿਤੇ ਵੀ ਹੁਣ ਤੂੰ ਇਧਰ ਨੂੰ ਤੋਹ ਜਾ ਜਿਹੜੀ ਮੇਰੇ ਮਨ 'ਚ ਗੱਲ ਆ ਮੇਰਾ ਮੇਰਾ ਮੈਂ ਸ਼ੁਰੂ ਤੋਂ ਇਹ ਗੱਲ ਕਹਿੰਦਾ ਆ ਰਿਹਾ ਹਾਂ ਦੇਖੋ ਹੁਣ 2021 ਚੱਲ ਰਿਹਾ ਹੈ ਹਨਾ ਕੋਈ ਸਮਾਂ ਸੀਗਾ ਵੀ ਸਾਡੇ ਜਿਵੇਂ ਕੇ ਚਾਚਾਜੀਤ ਸੀ ਪਾਕ ਸਿੰਘ ਜੀ ਦੇ ਚਾਚਾ ਜੀ ਹਨਾ ਜੀਤ ਸਿੰਘ ਜੀ ਜਿਨ੍ਹਾਂ ਨੇ ਕਿ 9 ਮਹੀਨੇ ਕਿਸਾਨੀ ਦੇ ਅੰਦੋਲਨ ਕਰਿਆ ਉਹ ਲੰਮਾ ਸਮਾਂ ਅੰਦੋਲਨ ਕਰਿਆ ਉਹ ਸਮਾਂ ਸੀਗਾ ਹੁਣ 2021 ਚੱਲ ਰਿਹਾ ਹੈ ਹੁਣ ਸਾਡੇ ਕਿੰਨੇ ਵਿਦੇਸੀ ਭਰਾਵਾਂ ਨੇ ਸਾਡਾ ਸਾਥ ਦਿੱਤਾ ਕਿੰਨਿਆਂ ਨੇ ਸਾਨੂੰ ਮੰਨ ਕੇ ਚੱਲ ਵੀ ਕਿੰਨਾ ਉਹਨਾਂ ਨੇ ਪੈਸਾ ਲਾਇਆ ਤੇ ਕਿੰਨੀਆਂ ਵੈਸੀਆਂ ਕਿੰਨਾ ਕੀ ਕੀ ਉਹਨਾਂ ਨੇ ਰੋਲ ਅਦਾ ਨਹੀਂ ਕਰਿਆ ਪਰ ਮੇਰਾ ਜੋ ਮੰਨਣਾ ਮੇਰਾ ਹੀ ਆ ਅਸੀਂ ਹਰ ਹਾਲਤ ਦੇ ਵਿੱਚ ਹੁਣ ਵੀ ਮੈਂ ਕਿੰਨੇ ਜੋ ਕਿਸਾਨੀ ਲਈਦਾ ਮੈਂ ਸਾਰੀ ਮੇਰੀ ਉਮਰ ਮੈਂ ਪੰਜਾਬ ਮੈਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰਦਾ ਵੀ ਕਦੇ ਭਾਨਾ ਸਿੱਧੂ ਤੁਹਾਡਾ ਗਦਾਰੀ ਨਹੀਂ ਕਰੂ ਜੇ ਤੁਸੀਂ ਉਹਨਾਂ ਪਿਆਰ ਕਰਦੇ ਹੋ ਆ ਪਟਿਆਲੇ ਵੀ ਹੁਣ ਮੈਂ ਉੱਥੇ ਉਹਨਾਂ ਕੋਲੇ ਬਹਿ ਕੇ ਆ ਸਾਰੇ ਵੀ ਮੈਂ ਜੋ ਵੀ ਆ ਮੈਂ ਕਰ ਸਕਦਾ ਇੱਕ ਕਲਾਕਾਰ ਹੁੰਦੇ ਹੋਏ ਪਰ ਜਿਉ ਮੇਰਾ ਮੰਨਣਾ ਬੱਤ ਕੀ ਆ ਮੇਰਾ ਮੰਨਣਾ ਇਹ ਆ ਕਿ ਸਾਨੂੰ ਅੰਦੋਲਨ ਜਿੰਨਾ ਸੀ ਲੰਬਾ ਲੈ ਕੇ ਗਏ ਆ ਹਨਾ ਉਹਨਾਂ ਅਸੀਂ ਕਿੰਨਾ ਸਾਡਾ ਅੰਦੋਲਨ ਮੰਨ ਕੇ ਚੱਲ ਅਸੀਂ ਇਹ ਸੈਂਟਰ ਗਵਰਨਮੈਂਟ ਇਹ ਗੱਲ ਚਾਹੁੰਦੀ ਸੀਗੀ ਕੋਈ ਵੀ ਸਰਕਾਰ ਇਹ ਗੱਲ ਚਾਹੁੰਦੀ ਹੁੰਦੀ ਹੈ ਵੀ ਲੋਕਾਂ ਨੂੰ ਪਾੜਿਆ ਜਾਵੇ ਲੋਕਾਂ ਨੂੰ ਖੜਾਇਆ ਜਾਵੇ ਕਿਸ ਤਰੀਕੇ ਨਾਲ ਖੜਾਇਆ ਜਾਵੇ ਉਹ ਕਈ ਤਰ੍ਹਾਂ ਦੇ ਹਥਿਆਰ ਵਰਤਦੀ ਆ ਜੇ ਉਹਨਾਂ ਤੋਂ ਸਿੱਧਾ ਕੰਮ ਨਾ ਠੀਕ ਆ ਉਹ ਤਾਂ ਪੁੱਠਾ ਅਪਣਾਉਂਦੀ ਆ ਮੈਂ ਇਹ ਚਾਹੁੰਦਾ ਸੀਗਾ ਵੀ ਜਿਵੇਂ ਅਸੀਂ ਸਾਡਾ ਕਿੱਡਾ ਵੱਡਾ ਹੁਣ ਵੀ ਚੱਲ ਹੁਣ ਵੀ ਉਹੀ ਟਾਈਮ ਆ ਮੈਂ ਹੁਣ ਵੀ ਸਾਡੇ ਆਗੂ ਸਹਬਾਨਾਂ ਨੂੰ ਬੇਨਤੀ ਕਰਦਾ ਵੀ ਅਸੀਂ ਨਾ ਦਿੱਲੀ ਦਾ ਕੋਈ ਇਹਜ ਐਕਸ਼ਨ ਪਲਾਨ ਬਣਾਈਏ ਵੀ ਅਸੀਂ ਅਸੀਂ ਦਿੱਲੀ ਨੂੰ ਪੂਰਨ ਤੌਰ ਤੇ ਬੰਦ ਕਰੀਏ ਪੂ ਅਜੇ ਕੋਈ ਕੋਈ ਇਕੱਲਾ ਬੰਦ ਕਰਨਾ ਨਹੀਂ ਕੋਈ ਹੋਰ ਇਸ ਤਰ੍ਹਾਂ ਦਾ ਪ੍ਰਭਾਵ ਪਾਈ ਹੈ ਜਿਸ ਨਾਲ ਸੈਂਟਰ ਗਵਰਨਮੈਂਟ ਦੇ ਨਾਕਿਸਦਾਮ ਆਵੇ ਜਿਵੇਂ ਸ਼ੁਰੂਆਤੀ ਦਿਨ ਸੀਗੇ ਜਿਵੇਂ 26 ਸਪਾਈ ਦੇ ਦਿਨ ਜਿਵੇਂ ਸ਼ੁਰੂਆਤ ਦਿਨ ਹੀ ਸੀਗੀ ਵੀ ਨਾ ਕਿ ਸਾਨੂੰ ਜਿਨ੍ਹਾਂ ਕਿ ਲੋਕਾਂ ਨੂੰ ਦਿੱਲੀ ਦੇ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਅਸੀਂ ਉਸ ਤਰ੍ਹਾਂ ਉਹਨਾਂ ਨੂੰ ਮੰਨ ਕੇ ਚੱਲ ਵੀ ਉਹਨਾਂ ਦੇ ਨਾਕਿਸਦਾਮ ਲਿਆ ਕੇ ਇੱਕ ਸਰਕਾਰ ਨੂੰ ਤੰਗ ਕਰਕੇ ਅਸੀਂ ਆਪਣੀਆਂ ਮੰਗਾਂ ਤਾਂ ਮੰਨ ਸਕਦੇ ਜੇ ਅਸੀਂ ਖੇਤਾਂ ਦੇ ਵਿੱਚ ਬੈਠੇ ਰਹੇ ਤਾਂ ਸਾਡੇ ਉਹਨਾਂ ਨੇ ਮੰਗਾ ਨਹੀਂ ਮੰਨਣੀਆਂ ਇਸ ਕਰਕੇ ਮੈਂ ਆਗੂ ਸਾਹਿਬਾਨ ਨੂੰ ਵੀ ਬੇਨਤੀ ਕਰਦਾ ਵੀ ਇਸ ਚਾਹੇ ਸਾਨੂੰ ਜੇਲਾਂਾਂ 'ਚ ਭੇਜ ਦਿਓ ਜਿੱਥੇ ਮਰਜ਼ੀ ਭੇਜ ਦਿਓ ਜੇ ਉਹਨਾਂ ਖੜੀ ਗਏ ਵੀ ਆਪਾਂ ਦਿੱਲੀ ਦੇ ਨਕਸ਼ੇ ਦਾ ਮਲੇਓ ਪਰ ਮੈਨੂੰ ਲੱਗਦਾ ਵੀ ਅਸੀਂ ਅੰਦੋਲਨ ਦਾ ਦੇਖ ਜਿੱਤਾਂਗੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਵੀ ਪਰ ਅਸੀਂ ਅੰਦੋਲਨ ਨੂੰ ਲੰਬਾ ਨਾ ਲੈ ਕੇ ਜਾਈਏ ਕੋਈ ਇਹ ਜੈਕਸ਼ਨ ਪਲਾਨ ਕਰੀਏ ਤੁਹਾਡੇ ਚੈਨਲ ਦੇ ਮਾਧਿਅਮ ਜਰੀਏ ਇਹ ਗੱਲ ਕਹਿ ਰਹੇ ਹਾਂ ਵੀ ਅਸੀਂ ਕੋਈ ਇਹ ਜੈਕਸ਼ਨ ਪਲਾਨ ਤਿਆਰ ਕਰੀਏ ਜਿਸ ਨਾਲ ਪੂਰਾ ਦਿੱਲੀ ਦਾ ਨਕਸ਼ਾ ਦਾਮ ਆਵੇ ਕਿਉਂਕਿ ਮੈਂ ਮੈਂ ਤਾਂ ਅਸਲ ਮੈਂ ਜਜਵਾਤੀਆ ਬੰਦਾ ਹਣਾ ਮੈਂ ਤੁਸੀਂ ਸਭ ਸ਼ੁਰੂ ਤੋਂ ਹੀ ਦੇਖਿਆ ਮੈਂ ਤਾਂ ਸਰਕਾਰਾਂ ਦੇ ਸਦਾ ਹੀ ਖਿਲਾਫ ਚੱਕਦੰਨਾ ਕੰਮ ਵੀ ਜਾਂ ਇੱਧਰ ਜਾਂ ਇੱਧਰ ਲੋਕਾਂ ਤੋਂ ਵੱਡਾ ਦੇਖੋ ਕੋਈ ਨਹੀਂ ਹੁੰਦਾ ਸਰਕਾਰਾਂ ਸਰਕਾਰਾਂ ਨੂੰ ਬਣਾਉਣ ਵਾਲਾ ਕੌਣਾ ਲੋਕ ਨੇ ਲੋਕਾਂ ਤੋਂ ਵੱਡਾ ਕੌਣ ਹੈ ਹੁਣ ਦਿੱਲੀ ਦੇ ਵਿੱਚ ਸਾਡਾ ਕਿੱਡਾ ਵੱਡਾ ਸੀ ਕੇਡਰ ਹੁਣ ਵੀ ਬੈਠਾ ਜਾਂ ਬੈਠਾ ਵੀ ਰਹੂਗਾ ਜਾਂ ਕਿੱਡਾ ਵੱਡਾ ਸਾਡਾ ਕੇਡਰ ਪਹਿਲਾਂ ਸੀਗਾ ਅਸੀਂ ਜੇਕਰ ਅਸੀਂ ਚਾਹੁੰਦੇ ਮੰਨ ਕੇ ਚੱਲ ਵੀ ਅਸੀਂ ਅਸੀਂ ਚਾਹੁੰਦੇ ਵੀ ਦਿੱਲੀ ਨੂੰ ਬੰਦ ਕਰਨਾ ਤਾਂ ਦਿੱਲੀ ਸਾਡਾ ਕੱਖ ਨਹੀਂ ਸੀ ਬਗਾੜ ਸਕਦੀ ਦਿੱਲੀ ਸੈਂਟਰ ਗਵਰਨਮੈਂਟ ਸਾਡਾ ਕੱਖ ਨਹੀਂ ਸੀ ਕਰ ਸਕਦੀ ਬਹੁਤ سارے ਸਾਡੇ ਨਾ ਸਵਾਲ ਜਵਾਬ ਹੁੰਦੇ ਨੇ ਬੁੱਧੀਜੀਵਾਂ ਦੇ ਵੀ 1984 ਵਾਲਾ ਕੰਮ ਨਾ ਹੋ ਜੇ 1984 ਵਾਲਾ ਕੰਮ ਕਿਵੇਂ ਹੋ ਜੂ ਉਦੋਂ ਤੇ ਅੱਜ ਦੇ ਦੌਰ ਦੇ ਵਿੱਚ ਬਹੁਤ ਵੱਡਾ ਫਰਕ ਆ ਅੱਜ ਤੁਹਾਡੀ ਗੱਲ ਪੂਰੇ ਵਰਲਡ ਦੇ ਵਿੱਚ ਆ ਪਹਿਲਾਂ ਕਹੇ ਪੰਜਾਬ ਦੇ ਕੁਝ ਗਦਾਰ ਲੋਕ ਸੀਗੇ ਜਦੋਂ 1984 ਵਾਲਾ ਮਾਮਲਾ ਹੋਇਆ ਸੀ ਨਾ ਮੈਂ ਨੋਂ ਨਹੀਂ ਲੈਣਾ ਚਾਹੁੰਦਾ ਇਹੋ ਜਿਹੇ ਗਦਾਰ ਲੋਕ ਸੀ ਜਿਨ੍ਹਾਂ ਨੇ ਯੂਨੋ ਦੇ ਵਿੱਚ ਜਾ ਕੇ ਕਿਹਾ ਵੀ ਪੰਜਾਬ ਦੇ ਵਿੱਚ ਤਾਂ ਬੜੀ ਅਮਨ ਸ਼ ਕਰ ਰਹੇ ਜੀ ਸੀਗੇ ਜਿਨ੍ਹਾਂ ਨੇ ਇਹੋ ਜੀ ਗੱਲ ਜਾ ਕੇ ਵੱਡੇ ਨਾਂਵਰ ਕਲਾਕਾਰ ਜਿਨ੍ਹਾਂ ਨੇ ਇਹ ਗੱਲ ਕਿਸੇ ਜੂਐਨਓ ਦੇ ਵਿੱਚ ਜਾ ਕੇ ਵੀ ਪੰਜਾਬ ਦੇ ਵਿੱਚ ਤਾਂ ਕੋਈ ਇਹੋ ਜੀ ਗੱਲ ਹੀ ਨਹੀਂ ਹੈਗੀ ਅੱਜ ਜੂਐਨਓ ਦੇ ਅੱਜ ਪੂਰੇ ਵਰਲਡ ਦੇ ਵਿੱਚ ਪੂਰੇ ਅੰਬੈਸਡੀਆਂ ਦੇ ਵਿੱਚ ਪਤਾ ਵੀ ਪੰਜਾਬ ਦੇ ਵਿੱਚ ੱੱਕਾ ਹੋ ਰਿਹਾ ਅੱਜ ਸੋਡਣਾ ਪੂਰਾ ਸੰਸਾਰ ਖੜਾ ਇਸ ਕਰਕੇ ਹੁਣ ਸਾਡਾ ਇਹ ਜੀ ਕੀ ਗੱਲ ਕਰ ਲੈਣਗੇ ਸਾਨੂੰ ਡਰਨ ਘਪਾਉਣ ਦੀ ਕੋਈ ਲੋੜ ਨਹੀਂ ਜਦੋਂ ਸਾਡੇ ਮੰਗਾਂ ਨਹੀਂ ਮੰਨ ਰਹੇ ਜਾਂ ਪਿੱਛੇ ਦੇ ਗੱਲ ਕਰ ਲੋ ਸਾਡੇ ਇੱਥੇ ਮਰੋਟਾ ਵਾਲੀ ਗੱਲ ਕਰ ਲੋ ਅਸੀਂ ਇੱਕ ਐਮਐਲਏ ਦੇ ਇੱਕ ਕੱਪੜੇ ਪਾੜੇ ਨੇ ਮੈਂ ਕਹਿੰਦਾ ਚੰਗਾ ਕੀਤਾ ਯਾਰ ਜੀਦੇ ਕੋਲੇ ਪਾਵਰ ਆ ਜੇ ਉਹ ਅੰਨੀ ਬੋਲੀ ਸਰਕਾਰ ਸਾਡੀ ਗੱਲ ਹੀ ਨਹੀਂ ਸੁਣ ਰਹੀ ਅਸੀਂ ਕੀ ਕਰਾਂਗੇ ਅਸੀਂ ਉਹਨਾਂ ਦੇ ਗੁਲਾਮੇ ਜਹਾਥੀ ਪਾਵਾਂਗੇ ਤਾਂ ਹੋਰ ਕੀ ਕਰਾਂਗੇ ਸਾਡੇ 350 ਤੋਂ ਵੱਧ ਸਹਿਦਿਆ ਹੋਈਆਂ ਕੋਈ ਬੋਲਿਆ ਅਜੇ ਤੱਕ ਕੈਪਟਨ ਵਰਗਾ ਕੋਈ ਕੋਈ ਇਹੋ ਜਿਹਾ ਕੋਈ ਬੋਲਿਆ ਜਾਂ ਜਾਂ ਭਾਜਪਾ ਦਾ ਕੁਝ ਬੋਲਿਆ ਕੋਈ ਖੁੱਲ ਕੇ ਬੋਲਿਆ ਸਾਡੇ ਕੋਈ ਵੀ ਨਹੀਂ ਸੁਣ ਰਿਆ ਸੀ ਫਿਰ ਆਖਰ ਨੂੰ ਬੰਦਾ ਕਰੂਗਾ ਤਾਂ ਕਰੂਗਾ ਏਹੋ ਜੇ ਸਾਨੂੰ ਐਕਸ਼ਨ ਪਲਾਨ ਕਰਨ ਦੀ ਲੋੜ ਹੈ ਜਹਾ ਜਹਾ ਮਲੋਟ ਵਾਲਾ ਕਰਿਆ ਏਹੋ ਜੇ ਸਾਨੂੰ ਲੋੜ ਆ ਤਾਂ ਇਹ ਮੰਗਾ ਮੰਨਣਗੇ ਨਹੀਂ ਇਹ ਕੁੱਤੇ ਦੀ ਪੂਸਾ ਜਲਦੀ ਸਿੱਧੀ ਹੋਣ ਵਾਲੀ ਨਹੀਂ ਅੱਛਾ ਭਾਨਾ ਭਾਈ ਜਿਹੜੇ ਕਲਾਕਾਰ ਨੇ ਜਿਵੇਂ ਤੁਸੀਂ ਦੱਸ ਕਈ ਅਕਸਰ ਕਈ ਗਦਦਾਰ ਵੀ ਨਿਕਲਦੇ ਹੁੰਦੇ ਨੇ ਕਲਾਕਾਰ ਜ਼ਿਆਦਾਤਰ ਹੁੰਦੇ ਨੇ ਵੀ ਉਹਨਾਂ ਨੂੰ ਫੇਮ ਹੁੰਦਾ ਵੀ ਉਹਨਾਂ ਨੇ ਇਸ ਸਮਾਜ ਦੇ ਵਿੱਚ ਕੰਮ ਕਰਨਾ ਹੁੰਦਾ ਸ਼ਾਇਦ ਇਸ ਕਰਕੇ ਕਈ ਵਾਰ ਆਵਾਜ਼ ਨਹੀਂ ਚੁੱਕਦੇ ਤੁਸੀਂ ਵੀ ਬਤੌਰ ਇੱਕ ਕਲਾਕਾਰ ਕੰਮ ਕਰਦੇ ਹੋ ਇਸ ਇੰਡਸਟਰੀ ਦੇ ਵਿੱਚ ਪਰ ਤੁਹਾਨੂੰ ਕੋਈ ਤੁਹਾਨੂੰ ਨਹੀਂ ਲੱਗਦਾ ਵੀ ਕਿਉਂਕਿ ਜਿਹੜੀ ਸਰਕਾਰ ਇਹਦੇ ਬਾਰੇ ਤਾਂ ਬਹੁਤ ਗੱਲਾਂ ਸੁਣਨ ਨੂੰ ਮਿਲਦੀਆਂ ਨੇ ਕਹਿੰਦੇ ਬੰਦੇ ਨੂੰ ਗਾਇਬ ਵੀ ਕਰ ਦਿੰਦੇ ਨੇ ਵੀ ਜੇ ਕੋਈ ਬਾਹਲਾ ਬੰਦਾ ਬੋਲ ਰਿਹਾ ਹੁੰਦਾ ਨਾ ਇਹਨਾਂ ਦੇ ਅਗੇਂਸਟ ਕੋਈ ਬਾਹਲਾ ਬੋਲਦਾ ਵੀ ਤੁਸੀਂ ਤਾਂ ਬੜਾ ਵਿਵਾਖ ਹੋ ਕੇ ਬੋਲਦੇ ਹੋ ਤੇ ਵਿਵਾਖ ਹੋ ਬੋਲਣ ਕਰਕੇ ਤੁਸੀਂ ਕਾਫੀ ਜਾਣੇ ਵੀ ਜਾਣੇ ਹੋ ਫਿਰ ਤੁਸੀਂ ਸਿੱਧਾ ਜਿਹੜੀ ਕਿਉਂਕਿ ਆ ਕਲਾ ਸੰਗਰਾਸ ਨਹੀਂ ਲੜਾਈ ਵਾਲਾ ਅਸੀਂ ਮੈਂ ਤੋਂ ਬਹੁਤ ਪਿੱਛੋਂ ਦਾ ਚੱਲਦਾ ਆ ਰਿਆਂ ਕਿਸਾਨੀ ਲਈ ਕਿਸਾਨੀ ਲਈ ਪਰਚੇ ਹੋਏ ਮੇਰੇ ਤੇ ਮੈਂ ਬਹੁਤ ਪਿੱਛੋਂ ਦਾ ਚੱਲਦਾ ਰਿਆਂ ਮੈਂ ਸਾਡੇ ਆਗੂ ਸਾਬਨ ਨੂੰ ਜਦੋਂ ਨਾ ਮੈਨੂੰ ਲੋਕ ਜੂਥ ਪਿਆਰ ਕਰਨ ਲੱਗੇ ਜਾਂ ਅਸੀਂ ਵੱਡੇ ਧਰਨੇ ਲੈਂਦੇ ਸੀਗੇ ਇੱਕ ਮੈਨੂੰ ਆਗੂ ਸਾਡੇ ਕਹਿੰਦੇ ਵੀ ਸਾਡੇ ਨਾਲ ਵੀ ਸੀਨੀਅਰ ਆਗੂ ਮੈਂ ਨਾ ਨਹੀਂ ਲੈਂਦਾ ਉਹ ਕਹਿੰਦਾ ਵੀ ਭਾਨੇ ਵੀ ਮੰਨ ਕੇ ਚੱਲ ਵੀ ਜਿਹੜੇ ਵਿਚਲੇ ਬੰਦੇ ਜਲਸੀ ਕਰਨ ਲੱਗੇ ਵੀ ਤੇਰੇ ਨਾਲ ਜੂਥ ਹੈ ਮੈਂ ਉਹਨਾਂ ਨੇ ਇੱਕ ਗੱਲ ਕਲੀਅਰ ਕਰਤੀ ਸੀ ਵੀ ਨਾ ਤਾਂ ਮੈਂ ਕੋਈ ਅਹੁਦੇਦਾਰੀ ਲੈਣੀ ਨਾ ਮੈਂ ਪ੍ਰਧਾਨਗੀ ਲੈਣੀ ਮੇਰੀ ਕਲਾਕਾਰੀ ਚ ਮੇਰਾ ਵਧੀਆ ਰੋਟੀ ਪਣੀ ਚੱ ਉਗੇ ਜੇ ਮੇਰੀ ਜਾਨ ਵੀ ਕਿਸੇ ਐਕਸ਼ਨ ਪਲਾਨ ਚਲੇ ਜੋ ਮੈਨੂੰ ਕੋਈ ਚੱਕਰ ਨਹੀਂ ਮਰ ਜਾਗੇ ਲੋਕਾਂ ਲਈ ਲੋਕਾਂ ਲਈ ਮਰਨਾ ਤਾਂ ਬੜੀ ਚੰਗੀ ਗੱਲ ਆ ਇੱਥੇ ਨੌਜਵਾਨ ਮਾੜੀ ਮਾੜੀ ਗੱਲ ਪਿੱਛੇ ਖੁਦਕੁਸ਼ੀਆ ਕਰੀ ਜਾਂਦੇ ਨੇ ਕਿ ਇੱਕ ਲੋਕ ਤੁਹਾਨੂੰ ਯਾਦ ਕਰਨ ਵੀ ਹਾਂ ਲੋਕਾਂ ਦੀ ਲੜਾਈ ਚ ਕਿਸੇ ਮਰਿਆ ਸੀ ਮੈਂ ਆਗੂ ਸਾਬ੍ਹ ਉਹਨਾਂ ਨੂੰ ਵੀ ਇਹ ਗੱਲ ਕਹੀ ਸੀ ਵੀ ਤੁਸੀਂ ਖੁੱਲ ਕੇ ਸਪੋਰਟ ਕਰੋ ਵੀ ਭਾਣਾ ਸਿੱਧੂ ਸਾਡਾ ਮੁੰਡਾ ਇਹ ਜੋ ਕਰ ਰਿਹਾ ਲੋਕਾਂ ਲਈ ਚੰਗਾ ਕਰ ਰਿਹਾ ਵੀ ਤੂੰ ਖੁੱਲ ਕੇ ਮੈਨੂੰ ਕੰਮ ਕਰਨ ਦਿਓ ਹੁਣ ਕਲਾਕਾਰਾਂ ਦਾ ਕੀ ਕੰਮ ਆ ਕਲਾਕਾਰਾਂ ਦਾ ਇਹ ਕੰਮ ਆ ਕਲਾਕਾਰਾਂ ਦਾ ਹੁਣ ਜਿਵੇਂ ਕਿ ਮੈਂ ਅਸਲੀ ਸਾਡੇ ਗਦਾਰ ਕੌਣ ਨੇ ਉਹਨੂੰ ਕਲਾਕਾਰ ਨਹੀਂ ਬੋਲ ਸਕਦਾ ਸਾਡੇ ਕਲਾਕਾਰ ਨੇ ਸ਼ਰੋਮਣੀ ਕਾਲੀਦਾਲ ਬਾਦਲ ਪਰਵਾਰ ਹੋਇਆ ਕੈਪਟਨ ਪਰਵਾਰ ਹੋਇਆ ਪੰਜਾਬ ਇੱਕ ਦੁਨੀਆ ਵਰਲਡ ਦੀ ਸਭ ਤੋਂ ਉਪਜਾਊ ਧਰਤੀ ਆ ਇਹ ਸਾਡੇ ਲੀਡਰਾਂ ਨੇ ਸਾਡੇ ਬਿਲ ਪਾਸ ਕਿਉਂ ਹੋਏ ਸਾਡੇ ਬਿਲ ਪਾਸ ਹੋਣ ਦਾ ਕਾਰਨ ਇੱਕ ਆ ਕਿ ਇਹਨਾਂ ਨੇ ਜਾ ਕੇ ਬਿਲਾਂ ਦੇ ਸਾਈਨ ਕਰੇ ਇਹ ਸਾਡੇ ਵਿੱਚ ਅੰਗਰੇਜ਼ ਕਿਉਂ ਆਏ ਸਾਡੇ ਪੰਜਾਬ ਵਿੱਚ ਅੰਗਰੇਜ਼ ਕਿਉਂ ਆਏ ਇਹ ਬਹੁਤ ਵੱਡੇ ਜਿਹੜੇ ਘਰਾਣੇ ਨੇ ਅੰਗਰੇਜ਼ਾਂ ਨੂੰ ਲੈ ਕੇ ਆਏ ਸੀ ਮਹਾਰਾਜਾ ਰਜੀਤ ਸਿੰਘ ਤੋਂ ਬਾਅਦ ਗੁਲਾਮ ਕਿਉਂ ਹੋਇਆ ਸਾਡਾ ਜਿਹੜਾ ਪੰਜਾਬ ਗੁਲਾਮ ਕਿਉਂ ਹੋਇਆ ਮਹਾਰਾਜਾ ਜੋ ਸਾਡ ਸੀਗਾ ਉਦੋਂ ਸਾਡੇ ਬਲ ਅੰਗਰੇਜ਼ ਅੰਗਰੇਜ਼ ਸਾ ਤੋਂ ਡਰਦੇ ਹੁੰਦੇ ਸੀਗੇ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਕੌਣ ਲੈ ਕੇ ਆਇਆ ਇਹ ਵੱਡੇ ਘਰਾਣੇ ਇਹ ਘਰਾਣੇ ਉਹਨਾਂ ਨੂੰ ਪੰਜਾਬ ਦੇ ਵਿੱਚ ਲੈ ਕੇ ਆਏ ਹੁਣ ਅਡਾਨੀਆਂ ਅਡਵਾਨੀਆਂ ਦੀ ਕੀ ਜ਼ਰੂਰਤ ਸੀ ਵੀ ਸਾਡੇ ਦੇ ਵਿੱਚ ਆ ਕੇ ਸੈੱਲੋ ਬਣਾ ਲੰਦੇ ਕੁਝ ਕਰ ਲੰਦੇ ਜਾਂ ਨੈਸ਼ਨਲ ਹਾਈਵੇ ਜਿਹੜਾ ਕੱਢ ਰਹੇ ਨੇਗੇ ਇਹਦੇ ਵਿੱਚ ਕਾਂਗਰਸ ਵੀ ਆ ਇਹਦੇ ਵਿੱਚ ਮੰਨ ਕੇ ਚੱਲ ਅਕਾਲੀ ਦਲ ਵੀ ਨੇ ਇਹਦੇ ਵਿੱਚ ਸਾਰੇ ਲੀਡਰ ਨੇਗੇ ਲੀਡਰ ਦਾ ਕੰਮ ਕੀ ਹੁੰਦਾ ਜਿਹੜੇ ਲੀਡਰ ਵੀ ਲੀਡਰ ਦਾ ਵਰਡ ਵੀ ਹੁਣ ਜਿਹੜੇ ਇਹ ਰਾਜਨੀਤੀਬੰਦ ਨੇ ਇਹਨਾਂ ਨੂੰ ਇਹ ਹੁੰਦਾ ਵੀ ਇਹ ਇਹਨਾਂ ਦਾ ਹੰਕਾਰ ਪੈਦਾ ਹੋ ਜਾਂਦਾ ਹੈ ਇਹਨਾਂ ਵਿੱਚ ਹੰਕਾਰ ਪੈਦਾ ਹੋ ਜਾਂਦਾ ਜਦੋਂ ਦੀ ਕੁਰਸੀ ਦੇ ਲਾਲਚ ਦੇ ਵਿੱਚ ਪੈਸੇ ਦੇ ਲਾਲਚ ਦੇ ਵਿੱਚ ਇਹ ਭੁੱਲ ਜਾਂਦੇ ਨੇ ਇਹਨਾਂ ਨੂੰ ਸਿਰਫ ਔਰ ਸਿਰਫ ਆਪਣੀ ਇੱਕ ਕੁਰਸੀ ਦੀ ਨਹੀਂ ਹੁੰਦੀ ਐ ਇੱਕ ਆਪਣੇ ਬੱਚੇ ਦੀ ਨਹੀਂ ਹੁੰਦੇ ਨੇ ਇੱਕ ਆਪਣਾ ਮੰਨ ਕੇ ਚੱਲ ਲੋਕਾਂ ਨੂੰ ਭੁੱਲ ਜਾਂਦੇ ਨੇ ਕਿ ਕੀ ਹੁੰਦਾ ਵੀ ਪੈਸਾ ਤੁਹਾਨੂੰ ਦੌਲਤ ਇਕੱਠਾ ਕਰ ਲਈਏ ਇਸ ਕਰਕੇ ਫਿਰ ਇਹਨਾਂ ਦੇ ਸੈਂਟਰ ਦੇ ਗਵਰਨਮੈਂਟ ਬੰਦਿਆਂ ਨਾਲ ਵੀ ਯਾਰੀ ਰਹੀ ਤੇ ਇਸ ਤੋਂ ਬਾਅਦ ਅਡਾਨੀਆਂ ਅਡਵਾਨੀਆਂ ਦੇ ਬੇ ਨਾਲ ਵੀ ਹੱਥ ਮਿਲਾਉਣਾ ਬਹੁਤ ਜ਼ਰੂਰੀ ਸੀਗਾ ਇਸ ਕਰਕੇ ਇਹਨਾਂ ਨੇ ਇਹਨਾਂ ਨੇ ਪੰਜਾਬ ਨੂੰ ਵੇਚਿਆ ਅਮੀਰ ਵੇਚਿਆ ਇਸ ਕਰਕੇ ਕਲਾਕਾਰ ਇਹਨਾਂ ਦੇ ਬਾਰੇ ਕਿਉਂ ਨਹੀਂ ਖਿਲਾਫ ਬੋਲ ਸਕਦੇ ਕਿਉਂਕਿ ਕਲਾਕਾਰ ਬਹੁਤ ਸਾਰੇ ਹਜ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਪੰਜਾਬ ਦੇ ਵਿੱਚ ਇਹਨਾਂ ਦੀ ਸਰਕਾਰ ਹੈ ਜੇ ਅਸੀਂ ਉਹਨਾਂ ਦੇ ਖਿਲਾਫ ਹੀ ਬੋਲ ਪਏ ਸਾਡਾ ਤਾਂ ਰੋਜ਼ੀ ਰੋਟੀ ਖਤਮ ਹੋ ਜਾਊਗੀ ਬਾਹਰ ਨਾਲ ਦਾ ਤਲੇ ਦੇ ਧਰਕੇ ਚੱਲਦਾ ਵੀ ਜੋ ਮਰਜ਼ੀ ਕਰ ਲਓ ਜਿਹੜੇ ਟੱਕਰ ਨਾਲ ਜੋ ਮਰਜ਼ੀ ਜਿਹਨੇ ਟੱਕਰ ਲਓ ਵੀ ਜੇ ਤੁਸੀਂ ਗਦਾਰ ਹੋ ਤਾਂ ਮੈਂ ਗਦਾਰ ਕਹੂੰਗਾ ਤੁਸੀਂ ਗਦਾਰ ਹੈ ਨਹੀਂਗੇ ਤਾਂ ਜੇ ਕਿਸੇ ਵੀ ਮੈਂ ਇਹ ਗੱਲ ਕਹਿਣਾ ਹੋਣਾ ਵੀ ਤੁਸੀਂ ਗਦਾਰ ਕਿੱਥੇ ਨਹੀਂ ਹੈਗੇ ਤੁਸੀਂ ਸਿੱਖ ਧਰਮ ਦਾ ਨੁਕਸਾਨ ਨਹੀਂ ਕਰਿਆ ਕਾਲੀ ਦਲ ਨੇ ਜਾਂ ਸਿੱਖ ਜਾਂ ਇਹਨਾਂ ਦੇ ਬਿੱਲਾਂ ਤੇ ਸਾਈਨ ਬਿੱਲਾਂ ਤੇ ਜਿੰਨੇ ਸਹਿਮਤੀ ਨਹੀਂ ਹੈਗੀ ਸੀਗੀ ਇਹ ਇਹ ਨਹੀਂ ਬੋਲੇ ਇਹਨਾਂ ਨੇ ਵੀਡੀਓ ਨਹੀਂ ਪਾਈਆ ਬਾਦਲ ਨੇ ਹਰ ਸਿਮਰਤ ਕੌਰ ਬਾਦਲ ਨੇ ਮਜੀਠੀਆਂ ਨੇ ਇਹਨਾਂ ਨੇ ਸਾਰਿਆਂ ਨੇ ਨਹੀਂ ਕਿਹਾ ਵੀ ਬਿੱਲ ਪੱਖਦੇ ਨੇ ਦੱਸੋ ਕਿਹੜਾ ਮੁਕਰ ਸਕਦਾ ਮੁਕਰ ਕੇ ਦਿਖਾਓ ਇਸ ਗੱਲ ਤੋਂ ਲੋਕਾਂ ਦੇ ਕੋਲੇ ਸਬੂਤ ਪਏ ਨੇਗੇ ਇਹਨਾਂ ਨੇ ਫਿਰ ਵੇਚਿਆ ਨਹੀਂ ਪੰਜਾਬ ਨੂੰ ਕੈਪਟਨ ਦੀ ਗੱਲ ਆਜੋ ਕੈਪਟਨ ਨੈਸ਼ਨਲ ਹਾਈਵੇ ਬਣਾ ਨਹੀਂ ਰਿਹਾ ਅਡਾਨੀਆਂ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ 9 ਲੱਖ ਰੁਪਇਆ ਰੇਟ ਪਾਇਆ ਕੈਪਟਨ ਨੇ ਕਰੋੜਾ ਰੁਪਇਆ ਕਰੋੜਾ ਰੁਪਇਆ ਦਾ ਇੱਕ ਕਿਲਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੋ ਅਡਾਨੀ ਅਡਵਾਨੀ ਦਾ ਰਾਜ ਹੋ ਅਬ ਅਸੀਂ ਹੋਣ ਤਾਂ ਦਿੰਦੇ ਨਹੀਂ ਜੋ ਨੈਸ਼ਨਲ ਹਾਈਵੇ ਬਣ ਗਿਆ ਪੂਰਾ ਬਰਲਡ ਨਾਲ ਵਪਾਰ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਦੀ ਪੰਜਾਬ ਦੇ ਵਿੱਚ ਇੱਕ ਮਰਲਾ ਜ਼ਮੀਨ ਦਾ ਨਹੀਂ ਮਿਲਣਾ ਇੱਕ ਮਰਲਾ ਜ਼ਮੀਨ ਇੰਨੀ ਪੰਜਾਬ ਦੇ ਵਿੱਚ ਜ਼ਮੀਨ ਮਹਿੰਗੀ ਹੋ ਜਾਣੀ ਆ ਕਿਉਂਕਿ ਬਰਲਡ ਦਾ ਸਰਬਾ ਵੀ ਜੇਕਰ ਇੱਕ ਬਰਲਡ ਦੇ ਵਿੱਚ ਇੱਕ ਗੱਲ ਚੱਲ ਰਹੀ ਆ ਪੂਰੇ ਬਰਲਡ ਦੇ ਵਿੱਚ ਵੀ ਜੇਕਰ ਮਨੁੱਖਤਾ ਨੂੰ ਬਚਾਉਣਾ ਤਾਂ ਆਰਗੈਨਿਕ ਖੇਤੀ ਦੀ ਲੋੜ ਆ ਆਰਗੈਨਿਕ ਖੇਤੀ ਕਿੱਥੇ ਹੋ ਸਕਦੀ ਆ ਉਹ ਸਭ ਤੋਂ ਉਪਜਾਊ ਧਰਤੀ ਬਰਲਡ ਦੀ ਪੰਜਾਬ ਆ ਇਸ ਕਰਕੇ ਪੰਜਾਬ ਦੇ ਵਿੱਚ ਉਹਨਾਂ ਨੇ ਪਹਿਲਾਂ ਹੀ ਸੈਲੋ 10-20 ਸਾਲਾਂ ਦਾ ਚੱਲੀ ਜਾਂਦਾ ਹੈ ਇਹ ਕੰਮ ਇਸ ਪ੍ਰੋਜੈਕਟ ਦੇ ਕੰਮ ਸੈਲੋ ਬਣਾਓ ਪੰਜਾਬ ਦੇ ਵਿੱਚ ਆ ਨੈਸ਼ਨਲ ਹਾਈਵੇ ਕੱਢੋ ਜੋ ਕਿ ਪਾਕਿਸਤਾਨ ਨਾਲ ਜੋੜ ਕੇ ਇਧਰ ਇਧਰ ਸਾਰੀਆਂ ਕੰਟਰੀ ਨਾਲ ਯੂਰਪ ਕੰਟਰੀ ਨਾਲ ਵਪਾਰ ਸ਼ੁਰੂ ਕਰਿਆ ਜਾਵੇ ਇਹ ਸਾਰਾ ਕੁਝ ਚੱਲ ਰਿਹਾ ਹੈ ਇਸ ਕਰਕੇ ਤੁਸੀਂ ਪੰਜਾਬ ਨੂੰ ਵੇਚ ਰਹੇ ਹੋ ਇੱਕ ਕਲਾਕਾਰ ਕੋਈ ਨਹੀਂ ਗੱਲ ਬੋਲ ਸਕਦਾ ਇਸ ਮੁੱਦੇ ਤੇ ਕਿਸੇ ਦੀ ਜੁਰਤ ਨਹੀਂ ਹੈਗੀ ਇੰਨੀ ਵੀ ਕੋਈ ਬੋਲ ਸਕੇ ਵੀ ਸੱਚ ਨੂੰ ਸੱਚ ਕਹ ਸਕੇ ਝੂਠ ਨੂੰ ਝੂਠ ਕਹ ਸਕੇ ਇਹ ਪੰਜਾਬ ਦੇ ਲੋਕਾਂ ਦਾ ਵੀ ਫਰਜ਼ ਇਹ ਹੈ ਬੀ ਤੁਸੀਂ ਸੱਚ ਝੂਠ ਪਛਾਣਨਾ ਸਿੱਖੋ ਹੁਣ ਕਾਲੀਆਂ ਕਾਂਗਰਸ ਦੀਆਂ ਰੈਲੀਆਂ ਹੋ ਰਹੀਆਂ ਨੇ ਕਾਲੀਆਂ ਦੇ ਕਿੱਡੀਆਂ ਵੱਟੀਆਂ ਰੈਲੀਆਂ ਹੋ ਰਹੀਆਂ ਨੇ ਅਜਨਾਲੇ ਦੇ ਵਿੱਚ ਰੈਲੀ ਹੋ ਰਹੀ ਆ ਹੁਣ ਆ ਪੁਲਿਸ ਆ ਪੰਜਾਬ ਪੁਲਿਸ ਦੀ ਗੱਲ ਕਰ ਲਓ ਸੱਚ ਦੇ ਝੂਠ ਕੀ ਆ ਮੈਂ ਪੁਲਿਸ ਵਾਲਿਆਂ ਦੇ ਵੀ ਖਿਲਾਫ ਚੱਲਦਾ ਮੈਂ ਇੱਕ ਪੁਲਿਸ ਵਾਲੇ ਦੇ ਸਿੱਧਾ ਸ਼ਰੇਆਮ ਗੱਲ ਬੋਲਦਾ ਕੋਈ ਬੇਹਦੀ ਬੰਦਰੀ ਜੁਰਤ ਹੀ ਨਹੀਂ ਪੈਂਦੀ ਵੀ ਕਲਾਕਾਰ ਕੋਈ ਐਵੇਂ ਬੋਲ ਪਏ ਪੁਲਿਸ ਦੇ ਖਿਲਾਫ ਹੁਣ ਅਜਨਾਲੇ ਦੇ ਵਿੱਚ ਰੈਲੀਆਂ ਹੋ ਰਹੀਆਂ ਨੇ ਕਿੰਨੀਆਂ ਰੈਲੀਆਂ ਕਰ ਰਹੇ ਨੇਗੇ ਬਾਦਲ ਉਹਨਾਂ ਨੇ ਕਿਤੇ ਉੱਥੇ ਤਾਂ ਮਾਸਕ ਕੋਈ ਲੱਗਦਾ ਨਹੀਂਗਾ ਕਰੋਨਾ ਦੀ ਗੱਲ ਕਰ ਲਓ ਹੁ ਇੱਕ ਕਿੱਡੀ ਵੱਡੀ ਗੱਲ ਹੈ ਜੇ ਤੁਹਾਡੇ ਜੀ ਐਡੀ ਜ਼ੋਰਤਾ ਜਾ ਕੇ ਉੱਥੇ ਇੱਕ ਅਕਾਲੀਆਂ ਦੇ ਜਿਹੜੇ ਰੈਲੀਆ ਚਾਰਾ ਨੇ ਉੱਥੇ ਜਾ ਕੇ ਉਹਨਾਂ ਦਾ ਚਲਾਨ ਕਰ ਦੋ ਦੂਜੀ ਗੱਲ ਮੈਂ ਹੋਰ ਕਲੀਅਰ ਕਰਦਾ ਇੱਕ ਵੀ ਮੰਨ ਕੇ ਚੱਲ ਵੀ ਇੱਕ ਕਾਲੀਦਾਲ ਗੱਲ ਕਰਦੀ ਆ ਵੀ ਅਸੀਂ ਕਿਸਾਨਾਂ ਦੇ ਹਤਾਸ਼ੀਆਂ ਕਥਾਣਾ ਦੇ ਪੱਖੀ ਆ ਤੁਹਾਨੂੰ ਤਾਂ 2022 ਚ ਸਰਕਾਰ ਬਣਾਉਣ ਦੀ ਹੋਈ ਵੀ ਕਿਵੇਂ ਸਰਕਾਰ ਬਣਾਈਏ ਤੁਸੀਂ ਕੀ ਕੀਤਾ ਕਿਸਾਨਾਂ ਲਈ ਸ਼ਰਮ ਕਰੋ ਲੋਕਾਂ ਨੂੰ ਸ਼ਰਮ ਕਰਨੀ ਚਾਹੀਦੀ ਐ ਇਸ ਗੱਲ ਤੇ ਵੀ ਤੁਸੀਂ ਉਹਨਾਂ ਦਾ ਸਾਥ ਦੇ ਰਹੇ ਹੋ ਜਿਨ੍ਹਾਂ ਨੇ ਤੁਹਾਡੇ ਪੰਜਾਬ ਨੂੰ ਵੇਚਿਆ ਤੁਹਾਡੇ ਪੰਜਾਬ ਦਾ ਕਦੇ ਸੁਧਾਰ ਕਿਵੇਂ ਹੋਊਗਾ ਤੁਸੀਂ ਸੱਚ ਤੇ ਝੂਠ ਦੀ ਪਰਖ ਹੀ ਨਹੀਂ ਕਰ ਰਹੇ ਵੀ ਸੱਚ ਕੀ ਐ ਤੇ ਝੂਠ ਕੀ ਆ ਉਹ ਚੀਜ਼ ਨੂੰ ਸਮਝ ਹੀ ਨਹੀਂ ਰਹੇ ਜਿਨ੍ਹਾਂ ਜੇ ਤੁਸੀਂ ਇਹ ਚੀਜ਼ ਨੂੰ ਸਮਝੇ ਉਹਨਾਂ ਟਾਈਮ ਤੁਹਾਡਾ ਪੰਜਾਬ ਨਹੀਂ ਕੰਮ ਕਰਦਾ ਅਜੇ ਵੀ ਕਾਫੀ ਲੋਕ ਨੇ ਜਿਹੜੇ ਇਹਨਾਂ ਰੈਲੀਆਂ ਦੇ ਵਿੱਚ ਬਹੁਤ ਵੱਡੇ ਇਕੱਠ ਕਰਕੇ ਜਾਂਦੇ ਨੇ ਜਿਵੇਂ ਹੁਣ ਜੇ ਗੱਲ ਕਰਾਂ ਤਾਂ ਭਾਰਤੀ ਕਿਸਾਨ ਜਿਹੜਾ ਬਾਈਕਾਟ ਕੀਤਾ ਹੋਇਆ ਹੈ ਕਿ ਕੋਈ ਵੀ ਸਮਾਜਿਕ ਪਾਰਟੀ ਹੋਵੇ ਚਾਹੇ ਆਮ ਆਦਮੀ ਕਾਂਗਰਸ ਚਾਹੇ ਸ਼੍ਰੋਮਣੀ ਅਕਾਲੀ ਦਲ ਪਰ ਇਹਨਾਂ ਦੇ ਜੀ ਰੈਲੀ ਦੀ ਗੱਲ ਕਰੀ ਤਾਂ ਰੈਲੀਾਂ ਦੇ ਵਿੱਚ ਇਕੱਠਾ ਉਨਾ ਹੀ ਹੁੰਦਾ ਫਿਰ ਇਹ ਲੋਕ ਸੋਚ ਕੇ ਕੀ ਜਾਂਦੇ ਨੇ ਉਹਨਾਂ ਕੋਲੇ ਲੋਕ ਲੋਕ ਪਤਾ ਕੀ ਸਭ ਤੋਂ ਪਹਿਲੇ ਤਾਂ ਲੋਕਾਂ ਨੂੰ ਗੱਲ ਇਹ ਚਾਹੀਦੀ ਆ ਬੀ ਜੇ ਤੁਸੀਂ ਤੁਹਾਨੂੰ ਪਤਾ ਵੀ ਤੁਹਾਡਾ ਪੰਜਾਬ ਇਸ ਸਮੇਂ ਬਹੁਤ ਮਾੜੀ ਹਾਲਾਤਾਂ ਦੇ ਵਿੱਚ ਗੁਜ਼ਰ ਰਿਹਾ ਡੋਬ ਰਿਹਾ ਤੁਹਾਡਾ ਪੰਜਾਬ ਗੁਲਾਮ ਹੋ ਰਿਹਾ ਜਿਵੇਂ ਪਹਿਲਾਂ ਸੀ ਅੰਗਰੇਜ਼ਾਂ ਦੇ ਗੁਲਾਮ ਹੋਏ ਸੀਗੇ ਪਹਿਲਾਂ ਤਾਂ ਅੰਗਰੇਜ਼ ਗੋਰੇ ਸੀ ਕਿ ਹੁਣ ਕਾਲੇ ਨੇ ਉਹ ਤੁਹਾਡੇ ਪੰਜਾਬ ਨੂੰ ਬਹੁਤ ਭੜੇ ਤਰੀਕਾ ਨਾਲ ਗੁਲਾਮ ਕਰ ਰਹੇ ਨੇ ਵੀ ਜੇਕਰ ਤੁਸੀਂ ਗੁਲਾਮੀ ਤੋਂ ਬਚਾਉਣਾ ਤਾਂ ਤੁਸੀਂ ਦਿੱਲੀ ਦੇ ਵਿੱਚ ਜਾਓ ਯਾਰ ਉੱਥੇ ਜਾ ਕੇ ਬੈਠੋ ਹੁਣ ਮੇਰਾ ਡੈਡੀ ਆ ਚੱਲ ਮੈਂ ਬੇਸਕ ਮੈਂ ਉਹਦੇ ਕੰਮਕਾਰ ਕਲਾਕਾਰਾਂ ਦੇ ਨਾਲ ਕੰਮ ਕਰਦਾ ਫਿਰਦਾ ਮੇਰਾ ਡੈਡੀ ਉੱਥੇ ਰਹਿੰਦੇ ਨੇ ਠੀਕ ਆ ਸਾਡਾ ਕੋਈ ਨਾ ਕੋਈ ਪਰਿਵਾਰ ਦਾ ਮੈਂਬਰ ਧਰਨੇ ਤੇ ਰਹਿਣੇ ਤੇ ਰਹਿਣਾ ਪੱਕਾ ਵੀ ਵੀ ਤੁਸੀਂ 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 ਪੰਜਾਬ ਨੂੰ ਬਚਾਓ ਯਾਰ ਵੀ ਕਿਵੇਂ ਬਚਾ ਸਕਦੇ ਹੋ ਉੱਥੇ ਲੋੜਾ ਜਾਣਦੀ ਨਾ ਅੱਛਾ ਲੱਗਦਾ ਵੀ ਕਈ ਕਲਾਕਾਰ ਕਿਉਂਕਿ ਮੈਂ ਰੈਲੀ ਦੇ ਵਿੱਚ ਗਿਆ ਸੀ ਖੜਕੜ ਕਲਾ ਇਹਦੇ ਵਿੱਚ ਰੈਲੀ ਹੋਈ ਸੀ ਸ਼ਹੀਦ ਅਸੀਂ ਆਦਮ ਭਗਤ ਸਿੰਘ ਦਾ ਜਿਹੜਾ ਸ਼ਹੀਦੀ ਦਿਹਾੜਾ ਬਣਾਇਆ ਗਿਆ ਸੀ ਉੱਥੇ ਪੂਰਨ ਤੌਰ ਤੇ ਸਾਰਾ ਕਿਸਾਨੀ ਨੂੰ ਸਮਰਪਿਤ ਕਰਕੇ ਮਨਾਇਆ ਸੀ ਉੱਥੇ ਕਾਫੀ ਵੱਡੇ ਵੱਡੇ ਸਿਆਸੀ ਲੀਡਰ ਵੀ ਪਹੁੰਚੇ ਸੀਗੇ ਕਲਾਕਾਰ ਮਹਿਕਮਾ ਵੀ ਸਾਰਾ ਉੱਥੇ ਆਇਆ ਸੀਗਾ ਪਰ ਜਿਹੜੀ ਚੀਜ਼ ਮੈਂ ਦੇਖੀ ਵੀ ਉੱਥੇ ਜਿਹੜਾ ਯੂਥ ਸੀ ਜ਼ਿਆਤਰ ਕਲਾਕਾਰਾਂ ਕਰਕੇ ਆਇਆ ਤੇ ਜਦ ਕਲਾਕਾਰ ਉੱਥੋਂ ਚਲੇ ਗਏ ਤਾਂ ਯੂਥ ਤੋਂ ਬਰਾ ਮਨਕੀ ਇਦਰ-ਉਦਰ ਹੋ ਗਿਆ ਮਤਲਬ ਜਿਹੜਾ ਕੱਟ ਸੀ ਬਿਲਕੁਲ ਕੱਟ ਗਿਆ ਵੀ ਯੂਥ ਸਿਰਫ ਉੱਥੇ ਕੀ ਕਲਾਕਾਰ ਕਰਕੇ ਜਾਂਦੇ ਵੀ ਉਹਨਾਂ ਦੇ ਮਨ ਦੇ ਵਿੱਚ ਦਰਦ ਨਹੀਂ ਵੀ ਕਿਸਾਨਾਂ ਕਰਕੇ ਵੀ ਅਸੀਂ ਖੜੀ ਆ ਨਾਲ ਸਭ ਤੋਂ ਵੱਡੀ ਗੱਲ ਪਤਾ ਕੀ ਗੱਲ ਆ ਅੱਜ ਕੱਲ ਯੂਥ ਨੂੰ ਇਹ ਸਮਝਣੀ ਚਾਹੀਦੀ ਆ ਵੀ ਕਲਾਕਾਰਾਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਠੀਕ ਆ ਕਲਾਕਾਰਾਂ ਨੇ ਤੁਹਾਡਾ ਤੁਸੀਂ ਕਲਾਕਾਰ ਕੀ ਕਰ ਸਕਦਾ ਤੁਹਾਡੇ ਲਈ ਕੋਈ ਕਲਾਕਾਰ ਦੇ ਕਿਸੇ ਤੁਹਾਡੇ ਲਈ ਪਰਚੇ ਦਰਜ ਹੋਏ ਨੇਗੇ ਕੋਈ ਕਲਾਕਾਰ ਨੇ ਤੁਹਾਡੇ ਲਈ ਕੀ ਕੀਤਾ ਕਲਾਕਾਰ ਨੇ ਕੋਈ ਲੜਾਈ ਕਰੀ ਐ ਕਲਾਕਾਰ ਨੂੰ ਤੁਸੀਂ ਕਿੱਡਾ ਕੁ ਵੱਡਾ ਹੀਰੋ ਮੰਨ ਕੇ ਖੜਜੇ ਨੇ ਕਲਾਕਾਰ ਕੀ ਹੀਰੋ ਆ ਇੱਕ ਨਕਲੀ ਹੀਰੋ ਇੱਕ ਅਸਲੀ ਹੀਰੋ ਹੁੰਦਾ ਹੈ ਹਣਾ ਬਹੁਤ ਸਾਡੇ ਹੁਣ ਲੱਖੇ ਸਹਾਣੇ ਵਰਗੇ ਨੇਗੇ ਜਿਹੜੇ ਕਿੰਨੇ ਨੇਗੇ ਪੰਜਾਬ ਵਾਲੇ ਜਿਨ੍ਹਾਂ ਦੇ ਕਿੰਨੇ ਪਰਚੇ ਦਰਜ ਨੇ ਜਿਨ੍ਹਾਂ ਨੇ ਪੰਜਾਬ ਦੀਆਂ ਲੜਾਈਆਂ ਲੜੀਆਂ ਨੇ ਉਹੋ ਜਿਹੇ ਬੰਦਿਆਂ ਨੂੰ ਹੀਰੋ ਮੰਨੋ ਯਾਰ ਮੈਨੂੰ ਮੈਂ ਕੀ ਆ ਜਾਂ ਕਲਾਕਾਰ ਕੀ ਆ ਕਲਾਕਾਰ ਜ਼ੀਰੋ ਹੈ ਇੱਕ ਕੀ ਦੀ ਨਕਲ ਕਰਨਾ ਜਾਣਦਾ ਨਕਲੀ ਆ ਕਲਾਕਾਰ ਭਗਤ ਸਿੰਘ ਵਰਗੇ ਕਰਤਾਰ ਸਿੰਘ ਸਰਾਭੇ ਵਰਗੇ ਦੀ ਕਿੱਡੀਆਂ ਕਿੱਡੀਆਂ ਕਾਂਗਰਸ ਸੀਗੀਆਂ ਜੋ ਪੰਜਾਬ ਲਈ ਕਿੱਡੀਆਂ ਕਿੱਡੀਆਂ ਕੁਰਬਾਨੀਆਂ ਦੇ ਗਏ ਜੋ ਪੰਜਾਬ ਯਾਦ ਕਰਾਇਆ ਜੋ ਪੰਜਾਬ ਦੇ ਨੌਜਵਾਨਾਂ ਨੇ ਯਾਦ ਕਰਾਇਆ ਪੰਜਾਬ ਦੇ ਨੌਜਵਾਨਾਂ ਵਿੱਚ ਉਹ ਜਜ਼ਬਾ ਤੁਸੀਂ ਇਹੋ ਜਿਹੇ ਫੁਕੀਆਂ ਗੱਲਾਂ ਨੂੰ ਛੱਡੋ ਯਾਦ ਆਪਣੇ ਹੀਰੋ ਬਣਨਾ ਭਗਤ ਸਿੰਘ ਵਰਗੇ ਕਰਤਾਰ ਸਿੰਘ ਸਰਾਭੇ ਦੇਵ ਸਿੰਘ ਵਰਗੇ ਕਿੰਨੇ ਅਨੇਕਾ ਸਾਡੇ ਯੋਧੇ ਨੇ ਉਹਨਾਂ ਨੂੰ ਹੀਰੋ ਮੰਨੋ ਸਾਡੇ 4 ਸਾਹਿਬ ਜਦਿਆਂ ਨੂੰ ਹੀਰੋ ਮੰਨੋ ਸਾਡੇ ਸਾਡੇ ਹੀਰੋ ਜਿਨ੍ਹਾਂ ਨੇ ਕਿ ਐਡੀ ਛੋਟੀ ਛੋਟੀ ਉਮਰ ਦੇ ਵਿੱਚ ਕੁਰਬਾਨੀਆਂ ਦਿੱਤੀਆਂ ਅੱਜ ਬਿਲਕੁਲ ਅਚਾ ਲੱਖੇ ਦੀ ਤੁਸੀਂ ਗੱਲ ਕੀਤੀ ਲੱਖੇ ਦੀ ਵੀ ਹੁਣ ਜਿਹੜੀ ਵਾਪਸੀ ਲੱਖੇ ਸਦਾਨੇ ਦੀ ਹੋਣ ਦੀ ਲਈ ਮੋਰਚੇ ਦੇ ਵਿੱਚ ਹੋਣ ਵਾਲੀ ਹੈ ਕਿਸਾਨ ਜਿੱਥੇ ਬੰਦਿਆਂ ਮੰਨ ਚੁੱਕੇ ਨੇ ਨਾਲ ਰਲਾਉਣ ਨੂੰ ਹੁਣ ਕਈ ਲੋਕ ਜਿਹੜਾ ਲੱਖੇ ਸਦਾਨੇ ਜਿਹੜੀ ਇਹ ਰਿਟਰਨ ਹੋਈ ਹੈ ਵਾਪਸੀ ਹੋਈ ਹੈ ਇਸ ਦੇ ਉੱਤੇ ਵੀ ਕ੍ਰੈਡਿਟ ਖੱਟਣ ਨੂੰ ਕਰਦੇ ਨੇ ਕਈ ਕਲਾਕਾਰ ਨੇ ਮੈਂ ਨਾਮ ਨਹੀਂ ਲਾਉਂਗਾ ਪਰ ਅਸਲ ਦੇ ਵਿੱਚ ਕਈ ਜਿਹੜਾ ਮਿਹਨਤ ਕੀਤੀ ਉਹਨਾਂ ਦਾ ਨਾਮ ਪਿੱਛੇ ਦੱਬਿਆ ਰਿਹਾ ਗਿਆ ਉਹ ਚਾਹੁੰਦੇ ਵੀ ਨਹੀਂ ਸਾਡਾ ਨਾਮ ਅੱਗੇ ਆਵੇ ਵੀ ਅਸੀਂ ਲੱਖੇ ਨੂੰ ਵਾਪਸ ਲੈ ਕੇ ਆਏ ਹਾਂ ਪਰ ਕਈ ਲੋਕ ਨੇ ਜਿਹੜਾ ਇਸ ਚੀਜ਼ ਦੇ ਉੱਤੇ ਪਿੱਛੇ ਵੀ ਜਿਹੜਾ ਭੱਜ ਰਹੇ ਨੇ ਫੇਮ ਖੱਟਣ ਬਹੁਤ ਯਾਰ ਮੈਂ ਉਹਦੇ ਬੰਦੇ ਦਾ ਨਾ ਮੈਂ ਦਿਲੋਂ ਬੰਦੇ ਦਾ ਮੈਂ ਕੀ ਉਹ ਮੈਨੂੰ ਬੰਦਾ ਬਹੁਤ ਵਧੀਆ ਲੱਗਦਾ ਇੱਕ ਛੋਟੀ ਜੀ ਗੱਲ ਦੱਸਦਾ ਉਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮੈਨੂੰ ਸੁਣੀਆਂ ਸੀ ਮੈਂ ਗੱਲਾਂ ਮੈਂ ਉਹ ਸੀਨੀਅਰ ਨੇ ਨਾ ਕਹਿੰਦੇ ਵੀ ਇਹ ਬੰਦਾ ਪਿੱਛੋਂ ਹੀ ਇਹ ਜਾ ਰਿਹਾ ਵੀ ਜਿਹਦੇ ਜੇ ਬੰਦੇ ਦੇ ਜੇਬ 'ਚ 10 ਰੁਪਏ ਨੇ ਕਿਸੇ ਨੇ ਮੰਗ ਲਏ ਉਹਨੇ 10 ਰੁਪਏ ਕੱਢ ਕੇ ਦੇ ਦੇਣੇ ਆਪਦੇ ਕੋਲੇ ਚਾਹੇ ਕੱਖਣਾ ਰਹੇ ਉਹਨੇ ਬੰਦੇ ਨੇ 9 ਮੀਟਿੰਗਾਂ ਕਰੀਆਂ ਉਹਦੇ ਬੰਦੇ ਕਰਕੇ ਉਹਨੇ ਉਹਨੇ ਇਸ ਚੀਜ਼ ਨੂੰ ਸਮਝਾਇਆ ਹਨਾ ਵੀ ਇਕੱਠੇ ਹੋ ਜੋ ਉਹ ਪੰਜਾਬ ਦਾ ਅਸਲੀ ਦਰਦ ਆ ਉਹ ਬੰਦੇ ਦੇ ਅੰਦਰ ਉਹ ਇੱਕ ਭਗਤ ਆ ਇੱਕ ਬੰਦਾ ਉਹ ਬਹੁਤ ਮਾਨਣ ਕੇ ਚਲੋ ਬੰਦੇ ਦਾ ਮੈਂ ਕੋਈ ਮੇਰੇ ਕੋਲੇ ਸ਼ਬਦ ਨਹੀਂ ਹੈਗੇ ਵੀ ਉਹ ਬੰਦੇ ਦਾ ਕੋਈ ਸ਼ਬਦ ਮੈਂ ਬਿਆਨ ਕਰ ਸਕਾਂ ਤੇ ਉਹ ਬੰਦੇ ਦੇ ਕਰਕੇ ਸਾਰਾ ਕੁਝ ਹੋਇਆ ਬਾਕੀ ਤਾਂ ਉਹੀ ਲਾਂਗੜ ਚੱਕੀ ਫਿਰਦੇ ਨੇ ਕਿਸੇ ਦਾ ਠੀਕ ਆ ਹਰ ਇੱਕ ਨੂੰ ਹੁੰਦਾ ਵੀ ਮੈਂ ਇੱਥੇ ਨੰਬਰ ਬਣਾਲਾ ਇਹ ਕਰ ਲਾਂ ਜੋ ਕਰ ਲਾਂ ਏਕਤਾ ਉਸ ਬੰਦੇ ਨੇ ਕਰਾਈਆ ਜੋ ਵੀ ਕੁਝ ਕਰਿਆ ਇਹਦੇ ਵਿੱਚ ਹਰਪਜੀਤ ਮਾ ਵੀ ਹੈ ਇੱਕ ਭਰਾ ਹੋਰ ਆ ਉਹਨੇ ਵੀ ਕਰਾਈ ਹੈ ਤੇ ਇਹਨਾਂ ਦੇ ਕਰਕੇ ਜਿਹੜੀ ਵਾਪਸੀ ਹੋਈ ਹੈ ਤੇ ਬਾਕੀ ਤਾਂ ਉਹੀ ਮੰਨ ਕੇ ਚੱਲ ਆਪਣੀਆਂ ਕਈ ਤਾਂ ਚਾਹੁੰਦੇ ਨੇ ਵੀ ਅਸੀਂ ਮੰਨ ਕੇ ਜਾਰਾ ਸਰਕਾਰ ਆਪਣਾ ਲਈ ਹੈ ਕਈ ਚਾਹੁੰਦੇ ਨੇ ਉਹਦੀ ਪਾਰਟੀ ਬਣਾ ਲਈਏ ਕਈ ਇਸ ਤਰ੍ਹਾਂ ਦੀਆਂ ਗੱਲਾਂ ਨੇ ਹੈ ਕਲਾਕਾਰਾਂ ਦੇ ਮਨ ਦੇ ਵਿੱਚ ਵੀ ਵੀ ਅਸੀਂ ਇੱਕ ਪਾਰਟੀ ਹੁਣ ਬਾਈ ਦੀ ਚਾਹਣਾ ਕੋਲ ਨੇ ਬਾਈ ਪਾਰਟੀ ਨਵੀਂ ਖੜੀ ਕਰ ਰਹੀ ਹੈ ਜਰ ਕਈ ਵਾਰ ਇਹਨਾਂ ਕੋਈ ਕਲਾਕਾਰ ਫਲॉप ਹੋਏ ਹੁੰਦੇ ਨੇ ਉਹਨੂੰ ਐ ਹੁੰਦਾ ਵੀ ਇੱਧਰ ਨੂੰ ਕੰਮ ਚਲਾ ਲਈਏ ਹਨਾ ਤੇ ਇਹੋ ਜਿਹੀਆਂ ਕਾਫੀ ਗੱਲਾਂ ਹੁੰਦੀਆਂ ਨੇ ਜਿਹੜੀਆਂ ਗੱਲਾਂ ਕਿ ਨਹੀਂ ਕਰਨ ਵਾਲੀਆਂ ਅਸਲ ਏਕਤਾ ਦੀਆਂ ਗੱਲਾਂ ਨੇਗੀਆਂ ਵੀ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਜਿਹੜਾ ਇਹ ਕੰਮ ਕਰਾਇਆ ਸਾਰਾ ਉਹਨਾਂ ਉਹਨਾਂ ਦੇ ਕਰਕੇ ਹੋਇਆ ਬਾਕੀ ਹੁਣ ਜਲਦੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਪ੍ਰਮਾਤਮਾ ਦੇ ਅੱਗੇ ਵੀ ਹੁਣ ਦਿੱਲੀ ਦੇ ਵਿੱਚ ਜਾਵਾਂਗੇ ਵੀ ਅਸੀਂ ਨੌਜਵਾਨ ਸਾਰੇ ਤੁਹਾਨੂੰ ਉਹਨਾਂ ਦੇਖਣ ਨੂੰ ਮਿਲਣਗੇ ਨੌਜਵਾਨ ਹੈਗੇ ਨੇ ਵੀ ਨਾ ਆਲਰੇਡੀ ਯਾਰ ਉੱਥੇ ਬੈਠੇ ਵੀ ਨੇ ਸਾਰੇ ਨੌਜਵਾਨ ਹੁਣ ਪਹਿਲਾਂ ਕੀ ਕੰਮ ਸੀਗਾ ਪਹਿਲਾਂ ਮੰਨ ਕੇ ਚੱਲ ਇਹ ਹੁੰਦਾ ਵੀ ਅਸੀਂ ਇਕੱਠ ਬੜਾਈ ਰੱਖਦੇ ਹੁਣ ਬਾਰੀਆਂ ਬਣਣ ਲੀਆਂ ਹੁਣ ਹੁਣ ਬਾਰੀਆਂ ਬਣੀਆਂ ਹੋਈਆਂ ਨੇ ਨੌਜਵਾਨਾਂ ਨੇ ਬਾਰੀਆਂ ਬਣ ਬਣ ਕੇ ਜਾ ਰਹੇ ਨੇਗੇ ਬਾਕੀ ਇਸ ਚੀਜ਼ ਦਾ ਸੈਂਟਰ ਗਵਰਨਮੈਂਟ ਫਾਇਦਾ ਉਠਾ ਰਹੀ ਸੀਗੀ ਵੀ ਵੀ ਜਿਹੜਾ ਪਵਾੜਾ ਜਾਂ ਪਿੱਛੇ ਪਿਆ ਪਿਆ ਹਨਾ ਇਹ ਚੀਜ਼ ਦਾ ਬਹੁਤ ਵੱਡਾ ਫਾਇਦਾ ਹੋਇਆ ਹੁਣ ਲੱਖਾਂ ਵਾਪਸੀ ਕਰ ਰਿਹਾ ਕਿਤੇ ਨਾ ਕਿਤੇ ਲੱਗਦਾ ਵੀ ਯੂਥ ਦਾ ਉਬਾਲ ਵਧੂਗਾ ਬਿਲਕੁਲ 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 ਮੈਂ ਤਾਂ ਇਹ ਗੱਲ ਪਹਿਲਾਂ ਵੀ ਆਗੂ ਸਾਹਿਬਾਨ ਨੂੰ ਇਹ ਗੱਲ ਕਹੀ ਸੀਗੀ ਵੀ ਮੰਨ ਕੇ ਚੱਲ ਵੀ ਇੱਕ ਜਿਹੜਾ ਪੰਜਾਬ ਲਈ ਲੜਦਾ ਜਾਂ ਕੋਈ ਦਰਦ ਦਾ ਨੌਜਵਾਨ ਨੇਗੇ ਨੌਜਵਾਨਾਂ ਦੇ ਵਿੱਚ ਇੱਕ ਜਜ਼ਬਾ ਤੁਸੀਂ ਇਹ ਗੱਲ ਨਾ ਕਿਹਾ ਕਰੋ ਵੀ ਜਿਵੇਂ ਉਹ ਪਰਚੇ ਪੈਗੇ ਸੀਗੇ ਉਹਨੂੰ ਜਿਦ ਤੇ ਕਿ ਪਹਿਲੇ ਸਾਡੇ ਆਗੂ ਸਾਹਿਬਾਨ ਇਹ ਗੱਲ ਬੋਲ ਪਏ ਹੁੰਦੇ 27 ਤਰੀਕ ਨੂੰ ਹਨਾ ਇਹ ਗੱਲ ਜੇ ਕਿਸਨੇ ਮਾੜੀ ਮੋਟੀ ਗੱਲ ਕਰ ਲਈ ਵੀ ਕਿਸੇ ਦੀ ਜ਼ਰਤ ਨਹੀਂ ਹੈਗੀ ਵੀ ਤਾਂ ਕੋਈ ਪਰਚਾ ਕੱਟ ਦੇ ਤਾਂ ਸੈਂਟਰ ਗਵਰਨਮੈਂਟ ਦੇ ਤੁਸੀਂ ਇਹ ਦੇਖ ਲਾ ਵੀ ਭਾਜਪਾ ਸਰਕਾਰ ਦੇ ਇਸ ਗੱਲ ਦਾ ਉਹਨਾਂ ਨੇ ਉਹਨਾਂ ਨੂੰ ਫਾਇਦਾ ਮਿਲ ਗਿਆ ਜਿਹੜੀਆਂ ਗੱਲਾਂ ਉਲਟ ਬੋਲ ਗਏ ਜੇ ਕਿਤੇ ਇਹ ਗੱਲ ਬੋਲੀ ਹੁੰਦੀ ਉੱਥੇ ਤਾਂ ਉਹਨਾਂ ਦਾ ਬਹੁਤ ਵੱਡਾ ਪ੍ਰਭਾਵ ਪਣੇ ਸੋ ਉਹਨਾਂ ਨੂੰ ਕੋਈ ਸਰਾਖੀਣੀ ਤੇ ਹੌਣਾ ਵਿੱਚ ਵੜਨ ਨੂੰ ਹੁਣ ਵਿੱਚ ਵੜਨ ਦੀ ਕਿਤੇ ਨਾ ਕਿਤੇ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਹਨਾ ਵੀ ਇਹ ਗੱਲ ਬੋਲੀ ਹੁੰਦੀ ਨਾ ਕਿਸੇ ਤੋਂ ਪਰਚਾ ਕੱਟ ਸਕਦੇ ਨਾ ਕਿਤੇ ਕੁਝ ਕਰ ਸਕਦੇ ਉੱਥੇ ਇੱਕ ਤਾਕ ਦੀ ਗੱਲ ਕਰਨ ਦੀ ਲੋੜ ਸੀਗੀ ਇਸ ਕਰਕੇ ਉਹ ਪੁਆਇੰਟ ਸੀਗਾ ਜਿਹੜਾ ਉਹ ਮਿਲ ਗਿਆ ਉਹਨਾਂ ਨੂੰ ਵੀ ਵੀ ਇਹੀ ਗੱਲਾਂ ਨਹੀਂ ਗੀਆਂ ਬਈ ਮੇਨ ਗੱਲ ਵੀ ਉਹਨਾਂ ਨੂੰ ਉਹਨਾਂ ਉਹਦਾ 파ਟਨ ਚਾਹੁੰਦੇ ਸੀਗੇ ਪਰ ਨਹੀਂ ਫਟੇਗਾ ਜਾਂਦੇ ਆਂਦੇ ਆਪਾਂ ਗੱਲ ਵੀ ਕਰਾਂਗੇ ਇਹ ਵੀ ਆਖਰੀ ਸਵਾਲ ਮੇਰੇ ਹੋਗਾ ਵੀ ਤੁਸੀਂ ਕਲਾਕਾਰਾਂ ਦੀ ਗੱਲ ਕੀਤੀ ਵੀ ਪਾਰਟੀ ਬਣਾਉਣ ਨੂੰ ਕੋਈ ਫਰਦੇ ਉਹਨਾਂ ਨੇ ਵੀ ਚੱਲ ਇਧਰ ਨੂੰ ਸਿੱਤਕਾ ਸਿੱਖਾ ਚਲਾ ਲੈਣੇ ਆ ਕਿ ਭਾਨੇ ਦੇ ਮਨ ਦੇ ਵਿੱਚ ਤਾਂ ਨਹੀਂ ਆਉਂਦਾ ਵੀ ਮੈਂ ਵੀ ਇੱਕ ਆਪਣੀ ਪਾਰਟੀ ਬਣਾਵਾਂ ਮੈਂ ਵੀ ਸਿਆਸੀ ਪੇਜ ਖੇਲ ਕੇ ਦੇਖਾਂ ਬਿਲਕੁਲ ਨਹੀਂ ਪਤਾ ਕੀ ਗੱਲ ਆ ਮੇਨ ਗੱਲ ਇਹ ਆ ਯਾਰ ਇੱਕ ਇੱਕ ਸਾਫ਼ ਸਾਫ਼ ਗੱਲ ਤਾਂ ਇਹ ਆ ਮੈਂ ਉਸ ਲੈਵਲ ਨਹੀਂ ਮੈਂ ਆਪਣਾ ਸਮਝਦਾ ਹਨਾ ਵੀ ਮੇਰਾ ਚੱਲ ਅੱਭੀ ਮੈਂ ਇੱਕ ਇੱਕ ਜੋ ਮੈਂ ਕਰ ਸਕਦਾ ਮੈਂ ਪੰਜਾਬ ਲਈ ਵੀ ਮੈਂ ਖੜਾ ਹਨਾ ਵੀ ਪੰਜਾਬ ਲਈ ਆਪਾਂ ਇੱਕ ਦਾ ਵੀ ਪੰਜਾਬ ਲਈ ਵਿਕਾਂਗੇ ਨਹੀਂ ਹੈਗੇ ਮੇਨ ਗੱਲ ਇਹ ਆ ਵੀ ਹਨਾ ਖੜੇ ਆ ਪਰ ਇੱਥੇ ਇੱਕ ਲੋੜ ਪਤਾ ਕੀ ਆ ਚੀਜ਼ ਦੀ ਮੈਂ ਕੋਈ ਹੈ ਨਹੀਂ ਹੈਗਾ ਵੀ ਮੈਂ ਤਾਂ ਮ ਜਮਾਇਕਾ ਕੱਖਾ ਬੰਦਾ ਠੀਕ ਆ ਪਰ ਇੱਕ ਗੱਲ ਜ਼ਰੂਰ ਆ ਵੀ ਜੇਕਰ ਪੰਜਾਬ ਨੂੰ ਬਚਾਉਣਾ ਮੈਂ ਉਸ ਮੈਂ ਨਹੀਂ ਸਮਝਦਾ ਵੀ ਮੇਰੇ ਚੋਂ ਨਹੀਂ ਸ਼ਕਤੀ ਹੈਗੀ ਠੀਕ ਆ ਜਾਂ ਉਹ ਪਰਮਾਤਮਾ ਬਖਸ਼ੋ ਗੱਲ ਲੱਗਾ ਜੇਕਰ ਪੰਜਾਬ ਨੂੰ ਤੁਸੀਂ ਬਚਾਉਣਾ ਤਾਂ ਥੋੜੇ ਕਾਲੀ ਤੁਹਾਨੂੰ ਲੁੱਟ ਕੇ ਖਾ ਗਏ ਥੋੜਾ ਕਾਲੀਆਂ ਨੇ ਤੁਹਾਨੂੰ ਪਤਾ ਵੀ ਸੋਨੇ ਦੀ ਚਿੜੀ ਆ ਸੋਨੇ ਵਰਗੀ ਮਿੱਟੀ ਆ ਪੰਜਾਬ ਦੇ ਵਿੱਚ ਵਰਲਡ ਦੇ ਵਿੱਚ ਮਿੱਟੀ ਇਹੋ ਜਿਹੀ ਨਹੀਂ ਹੈਗੀ ਪੰਜਾਬ ਦੇ ਵਿੱਚ ਪ੍ਰਮਾਤਮਾ ਦੀ ਏਡੀ ਵੱਡੀ ਕਿਰਪਾ ਪਾਣੀ ਕਿੰਨੇ ਵਧੀਆ ਨੇਗੇ ਇਧਰ ਨਿਗਾ ਮਾਰ ਲਓ ਇਧਰ ਪਹਾੜ ਨੇ ਇਧਰ ਰਾਜਸਥਾਨ ਚ ਨਿਗਾ ਮਾਰ ਲਓ ਰੇਤਾ ਦੇ ਪੱਥਰ ਆ ਵੀ ਤੁਹਾਡੇ ਕੋਲੇ ਪੰਜਾਬ ਕੋਲੇ ਬਹੁਤ ਕੁਝ ਹੈ ਜੇਕਰ ਇਸ ਪੰਜਾਬ ਨੂੰ ਬਚਾਉਣਾ ਤਾਂ ਵਿਧਾਨ ਸਭਾ ਲੋਕ ਸਭਾ ਰਾਜ ਸਭਾ ਜਿਹੜੀਆਂ ਜਿੱਥੇ ਕਿ ਜਿੱਥੇ ਕਿ ਹਰ ਇੱਕ ਮੁੱਦਾ ਉੱਠਦਾ ਜਿੱਥੇ ਕਿ ਤੁਸੀਂ ਆਪਣੇ ਮੁੱਦੇ ਹੱਲ ਕਰਾ ਸਕਦੇ ਹੋ ਇਹਨਾਂ ਦੇ ਵਿੱਚ ਤੁਹਾਡੀ ਕਿਸਾਨੀ ਤੇ ਮਜ਼ਦੂਰੀ ਦੀ ਤੇ ਤੀਜੀ ਗੱਲ ਥੋਡੇ ਮੰਨ ਕੇ ਚੱਲ ਥੋਡਾ ਆ 2% ਜਿਹੜੇ 2% ਵਾਲੇ ਕਹਿੰਦੇ ਨੇ ਨਾ 2% ਵਾਲਿਆਂ ਦੀ ਗੱਲ ਕਰਨ ਵਾਲਾ ਕੋਈ ਸਿੱਖ ਚਿਹਰਾ ਹੋ ਜਾਣਾ ਚਾਹੀਦਾ ਕਿਉਂਕਿ ਸਿੱਖ ਚਿਹਰਾ ਮੈਂ ਤਾਂ ਇਹ ਗੱਲ ਕਹੀ ਆ ਕਿ ਜਿਹੜਾ ਗੁਰੂ ਦਾ ਸਿੱਖ ਹੋਊਗਾ ਉਹ ਕਦੇ ਵੀ ਮੰਨ ਕੇ ਚੱਲ ਸਾਰੇ ਧਰਮਾਂ ਨੂੰ ਇੱਕ ਮੰਨ ਕੇ ਚੱਲਦਾ ਹਨਾ ਵੀ ਇਹੋ ਜਿਹਾ ਸਾਨੂੰ ਚਿਹਰਾ ਲਿਆਉਣ ਦੀ ਪੰਜਾਬ ਦੇ ਵਿੱਚ ਲੋੜ ਆ ਇਹੋ ਜੇ ਨੌਜਵਾਨ ਲਿਆਉਣ ਦੀ ਲੋੜ ਆ ਕਿਸਾਨਾਂ ਦੇ ਮਜ਼ਦੂਰ ਪੁੱਤ ਲਿਆਉਣ ਦੀ ਲੋੜ ਆ ਜੋ ਥੋਡੇ ਆਪਣੇ ਹੱਕਾਂ ਦੀ ਗੱਲ ਕਰ ਸਕਣ ਨਹੀਂ ਜਿਹੜੇ ਕਿ ਜਿਹੜੇ ਥੋਡੇ ਵੱਡੇ ਘਰਾਣੇ ਨੇਗੇ ਉਹ ਥੋਡੇ ਪੰਜਾਬ ਨੂੰ ਵੇਚ ਕੇ ਖਾ ਗਏ ਜੇਕਰ ਤੁਸੀਂ ਪੰਜਾਬ ਨੂੰ ਬਚਾਉਣਾ ਤਾਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਕੋਲੇ ਪਾਵਰ ਹੋਣੀ ਬਹੁਤ ਜ਼ਰੂਰੀ ਆ ਪੰਜਾਬ ਦੇ ਵਿੱਚ ਕਿਸਾਨ ਤੇ ਮਜ਼ਦੂਰੀ ਨਹੀਂ ਹੈਗੇ ਨੇ ਪੰਜਾਬ ਦੇ ਵਿੱਚ ਕਿਸਾਨ ਨੇ ਮਜ਼ਦੂਰ ਨੇ ਹੋਰ ਤਾਂ ਕੋਈ ਬਾਲੇ ਵੱਡੇ ਬਿਜ਼ਨਸਮੈਨ ਹੈ ਨਹੀਂਗੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਸਾਰੀ ਖੇਤੀ ਹੁੰਦੀ ਆ ਤਾਂ ਕਰਕੇ ਕਿਸਾਨਾਂ ਤੇ ਮਜ਼ਦੂਰਾਂ ਦੀ ਗੱਲ ਕਰੀਆ ਇਸ ਕਰਕੇ ਉਹ ਲੋਕਾਂ ਕੋਲੇ ਪਾਵਰ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਜਿਹੜੇ ਲੋਕ ਸਭਾ ਰਾਜ ਸਭਾ ਵਿਧਾਨ ਸਭਾ ਦੇ ਵਿੱਚ ਥੋੜੀ ਆਵਾਜ਼ ਉਠਾ ਸਕਣ ਨਾ ਕਿ ਆ ਤੁਸੀਂ ਜਿਹੜੇ ਗਧੇ ਨੇਗੇ ਆ ਗਧਿਆਂ ਦੇ ਗਲਾਂ 'ਚ ਹਾਰ ਪਾਏ ਹੋਏ ਨੇ ਇਹ ਗਧੇ ਹੁਣ ਗਧੇ ਇਹ ਇਕੱਲਾ ਇਕੱਲੇ ਬੇਸਕ ਬੋਲ ਰਹੇ ਨੇ ਕਿਸਾਨਾਂ ਦੇ ਹੱਕ 'ਚ ਹੁਣ ਸੱਪ ਲੰਘ ਗਿਆ ਲੀ ਕੁਟੇ ਦਾ ਕੀ ਫਾਇਦਾ ਤੁਸੀਂ ਕੋਈ ਦੇਖਿਆ ਵੀ ਕੋਈ ਪਹਿਲਾ ਐਮਐਲਏ ਐਮਪੀ ਜਾਂ ਕਿਸੇ ਨੇ ਜਾ ਕੇ ਅੰਦੋਲਨ ਸ਼ੁਰੂ ਕਰਿਆ ਹੋਵੇ ਆ ਹੁਣੀ ਦੇਖ ਲਓ ਚੱਲ ਪਹਿਲਾਂ ਤਾਂ ਗੋਲੀ ਮਾਰੋ ਅਕਾਲੀਆਂ ਦੀ ਗੱਲ ਕਰ ਲਓ ਇਹਨਾਂ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਵੀ ਯਾਰ ਉੱਥੇ ਅੰਦੋਲਨ ਚੱਲ ਰਿਹਾ ਹੁਣ ਤਾਂ ਕਹਿੰਦੇ ਸੀ ਕਿਸਾਨਾਂ ਦੇ ਨਾਲ ਆ ਤੁਸੀਂ ਤਾਂ ਇੱਥੇ ਰੈਲੀਆਂ ਤਾੜ ਤਾੜ ਕਰੀ ਜਾਨੂੰ ਜੇ ਕਾਲੀ ਦਲ ਚਾਹੇ ਬਾਦਲ ਪਰਿਵਾਰ ਚਾਹੇ ਜਾਂ ਸ਼੍ਰੋਮਣੀ ਕਾਲ ਦਲ ਚਾਹੇ ਤਾਂ ਦਿੱਲੀ ਦੇ ਵਿੱਚ ਜਾ ਕੇ ਰ ਇੱਥੇ ਕਿਉਂ ਝੂਠ ਲੋਕਾਂ ਨੂੰ ਬੋਲੀ ਜਾਂਦੇ ਹੋ ਉੱਥੇ ਤਾਂ ਇਹਨਾਂ ਦੀ ਯਾਰ ਮੋਦੀ ਦੇ ਮੂਰਤ ਹੈ ਬੋਲ ਹੀ ਨਹੀਂ ਸਕਦੇ ਕਿਸੇ ਵੀ ਤਰ੍ਹਾਂ ਦੇ ਕਿਉਂਕਿ ਮੋਦੀ ਦੇ ਪੱਕੇ ਯਾਰ ਨਹੀਂ ਇਸ ਕਰਕੇ ਪੰਜਾਬ ਨੂੰ ਬਚਾਉਣ ਲਈ ਇਹੋ ਜਿਹਾ ਸਿਸਟਮ ਚਾਹੀਦਾ ਇਹੋ ਜਿਹਾ ਕੋਈ ਚਿਹਰਾ ਚਾਹੀਦੇ ਨੇਗੇ بڑے ਚਿਹਰੇ ਨੇਗੇ ਨਾਵਰ ਜਿਵੇਂ ਕਿ ਮੈਂ ਖਾਲਸਾ ਰਵੀ ਰਵੀ ਦੀ ਗੱਲ ਕਰਦਣਾ ਰਵੀ ਰਵੀ ਸਿੰਘ ਦੀ ਗੱਲ ਕਰਦਾ ਹੁਣ ਵੀ ਜਿਨੇ ਪੂਰੇ ਵਰਲਡ ਦੇ ਵਿੱਚ ਪੂਰੇ ਪੰਜਾਬ ਦੀ ਪਛਾਣ ਬਣਾਈ ਆ ਯਾਰ ਉਹਨੂੰ ਇਹੋ ਜਿਹੇ ਚਿਹਰੇ ਲਿਆਉਣ ਦੀ ਲੋੜ ਆ ਜਿਨ੍ਹਾਂ ਨੇ ਪੂਰੇ ਵਰਲਡ ਦੀ ਪੂਰੀ ਦੁਨੀਆ ਫੈਨ ਆ ਉਹਦੀ ਉਹਨੇ ਕਰਕੇ ਬਹੁਤ ਕੁਝ ਦਿਖਾਇਆ ਜੇ ਪੂਰੇ ਵਰਲਡ ਦੇ ਵਿੱਚ ਸਿੱਖ ਦਾ ਨਾਮ ਚਮਕਾ ਸਕਦੇ ਨੇ ਖਾਲਸਾ ਦਾ ਨਾਮ ਚਮਕਾ ਸਕਦੇ ਨੇ ਤਾਂ ਪੰਜਾਬ ਨੂੰ ਵੀ ਸੁਧਾਰ ਸਕਦੇ ਨੇ ਇਹੋ ਜਿਹੇ ਬੰਦਿਆਂ ਨੂੰ ਲਿਆਉਣ ਦੀ ਲੋੜ ਆ ਜਿਹੜੇ ਜਿਹੜੇ ਕਿ ਮੰਨ ਕੇ ਚੱਲ ਸੱਚੀ ਪੰਜਾਬ ਲਈ ਦਰਦਾ ਬਿਲਕੁਲ ਬਹੁਤ ਚੰਗਾ ਲੱਗਾ ਵੀਰੇ ਮਿਲ ਕੇ ਥੈਂਕ ਯੂ ਬ੍ਰਦਰ ਕਿਉਂਕਿ ਪਾਹਨਾ ਮੈਂ ਦੱਸ ਦਵਾਂ ਦਰਸ਼ਕਾਂ ਨੂੰ ਪਾਹਨਾ ਬਾਈ ਵੀ ਉਹ ਟਾਈਮ ਦੇ ਜੁੜੇ ਹੋਏ ਨੇ ਜਦੋਂ ਕਿਸਾਨੀ ਦੇ ਬਾਰੇ ਮੇਰੇ ਖਿਆਲ ਨਾਲ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਬਸ ਇਹ ਪਤਾ ਹੁੰਦਾ ਸੀਗਾ ਕਿ ਕਿਸਾਨ ਸੰਘਰਸ਼ ਕਰ ਰਹੇ ਨੇ ਇਹਨਾਂ ਦੇ ਇਹ ਰੂਲਸ ਨੇ ਪਰ ਉਸ ਸਮੇਂ ਦੇ ਵਿੱਚ ਵੀ ਸਭ ਤੋਂ ਪਹਿਲੀ ਵਾਰ ਮੁਲਾਕਾਤ ਆਪਣੀ ਪਟਿਆਲਾ ਦੀ ਰੈਲੀ ਦੇ ਵਿੱਚ ਹੋਈ ਸੀ ਵੀਰੇ ਤੁਹਾਨੂੰ ਯਾਦ ਹੋਊਗਾ ਪਟਿਆਲੇ ਦੇ ਵਿੱਚ ਜਦ ਸ਼ੁਰੂਆਤੀ ਦੌਰਾਂ ਦੇ ਵਿੱਚ ਜਦ ਰੈਲੀਆਂ ਹੋਣੀਆਂ ਸ਼ੁਰੂ ਹੋਈਆਂ ਸੀ ਤਾਂ ਭਾਨਾ ਸਿੱਧੂ ਉੱਥੇ ਵੀ ਮੌਜੂਦ ਹੁੰਦਾ ਸੀਗਾ ਬਹੁਤ ਮੈਨੂੰ ਲੱਗਦਾ ਉੱਥੇ ਕੋਈ ਕਲਾਕਾਰ ਹੋਰ ਨਹੀਂ ਸੀਗਾ ਤੇ ਭਾਨਾ ਸਿੱਧੂ ਬਤੌਰ ਤੇ ਕਲਾਕਾਰ ਪਹੁੰਚਿਆ ਸੀ ਬਤੌਰ ਕਲਾਕਾਰ ਨਹੀਂ ਮੈਂ ਕਹਿ ਸਕਦਾ ਕਿਸਾਨ ਵਜੋਂ ਉੱਥੇ ਪਹੁੰਚਿਆ ਸੀ ਤੇ ਉਹਨੇ ਦਰਦ ਸਮਝ ਕੇ ਲੋਕਾਂ ਨੂੰ ਬਾਹਰ ਨਾਲ ਲਗਾਇਆ ਇਹ ਉਹ ਚਿਹਰੇ ਨੇ ਜਿਹੜੇ ਉਦੋਂ ਤੋਂ ਜੁੜੇ ਹੋਏ ਨੇ ਜਦੋਂ ਕੋਈ ਇਸ ਇਹ ਸੰਘਰਸ਼ ਬਾਰੇ ਜਾਣਦਾ ਵੀ ਨਹੀਂ ਹੁੰਦਾ ਸੀਗਾ ਇਹੋ ਜਿਹੀਆਂ ਹੋਰ ਸ਼ਖਸੀਅਤਾਂ ਨਾਲ ਸਮੇਂ-ਸਮੇਂ ਸਿਰ ਤੁਹਾਨੂੰ ਮਿਲਾਉਂਦੇ ਰਹਾਂਗੇ ਤਦ ਤੱਕ ਲਈ ਮੈਨੂੰ ਯਾਨਕਿ ਗੁਰਪ੍ਰੀਤ ਸਿੰਘ ਬੱਲ ਨੂੰ ਦਿਓ ਇਜਾਜ਼ਤ ਤੇ ਵੇਖਦੇ ਰਹੋ ਨਿਰਪੱਖ ਪੋ ਤਨਵਾਦ ਪੰਜਾਬ ਅਤੇ ਪੰਜਾਬੀਤ ਨਾਲ ਜੁੜਿਆ ਹਰ ਮੁੱਦਾ ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇਨਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ ਖਬਰ ਦੀ ਨਿਰਪੱਖ ਆਵਾਜ਼ ਵਿਜ਼ਿਟ ਕਰੋ www.nirpakkhpost.com